ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਵੇਕ ਹੇ ਅਪਰੰਪਰ ਹਰ ਹਰੇ ਹੈ ਹੈ ਪੀ ਹੋਵਨ ਹਾਰ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਪੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਹੋਵੈ ਸਿਫਤ ਸੰਬੰਧੀ ਨੂਰੇ ਅਰਸੋਂ ਕੁਰਸੋਂ ਤੁਡ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹਲਾ ਪੰਜਵਾਂ।
ਬ੍ਰਹਮ ਪਰਮੇਸ਼ਰ ਅੰਤਰਜਾਮੀ ਮਧਸੂਦਨ ਦਮੋਦਰ ਸਵਾਮੀ ਰਿਖੀਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਇਮਾਨ ਹੋ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਕਿਰਪਾ ਕਰਕੇ ਗੁਰਬਾਣੀ ਦੀ ਦਾਤ ਕੀਰਤਨ ਦੇ ਨਾਲ ਨਿਤਨੇਮ ਦੇ ਨਾਲ ਸਾਨੂੰ ਨਿਵਾਜਿਆ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ। ਇੱਕ ਕਿਨਕਾ ਮਾਤਰ ਨਾਮ ਜਿਸ ਦੇ ਹਿਰਦੇ ਵਿੱਚ ਵਸ ਗਿਆ ਉਸਦੀ ਮਹਿਮਾ ਦਾ ਵਖਿਆਨ ਨਹੀਂ ਕੀਤਾ ਜਾ ਸਕਦਾ ਹੈ। ਵੱਡੇ ਭਾਗ ਪ੍ਰਾਪਤ ਹੋਏ ਜੋ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੇ ਹਾਂ, ਬਾਣੀ ਸਰਵਣ ਕਰ ਰਹੇ ਹਾਂ, ਮਨ ਦੇ ਧਿਆਨ ਨੂੰ ਟਿਕਾ ਕੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਕਥਾ ਦੇ ਰੂਪ ਦੇ ਵਿੱਚ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਮਾਰੂ ਰਾਗ ਦੇ ਅੰਦਰ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਸਿੱਖਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਇੱਕ ਬੇਨਤੀ ਹੈ ਆਪ ਦੇ ਚਰਨਾਂ ਅੰਦਰ। ਬੇਨਤੀ ਇਹ ਹੈ ਕਿ ਜਿਹੜੇ ਸਨਾਤਨ ਮਤ ਵਾਲੇ ਨੇ ਨਾ, ਆਪਾਂ ਸਿੱਧਾ ਸ਼ਬਦ ਇਹ ਵਰਤ ਲਈਏ ਵੀ ਜਿਹੜੇ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਨਾ, ਉਹ ਇੱਕ ਮੰਤਰ ਪੜ੍ਹਦੇ ਨੇ ਜਿਸ ਨੂੰ ਕਿਹਾ ਜਾਂਦਾ ਹੈ ਵਿਸ਼ਨ ਸਹੰਸਰ ਨਾਮੇ ਮੰਤਰ। ਭਗਵਾਨ ਵਿਸ਼ਨੂੰ ਜੀ ਦੇ ਕਈ ਨਾਮ ਇਕੱਠੇ ਕਰਕੇ ਇੱਕ ਮੰਤਰ ਬਣਾਇਆ ਹੈ ਅਤੇ ਸਨਾਤਨ ਮਤ ਵਾਲੇ ਉਹਨਾਂ ਨਾਮਾਂ ਨੂੰ ਪੜ੍ਹਦੇ ਨੇ ਅਤੇ ਇਹ ਗੱਲ ਕਹਿੰਦੇ ਨੇ ਵੀ ਇਹਦਾ ਬੜਾ ਵੱਡਾ ਮਹਾਤਮ ਹੈ, ਬੜਾ ਵੱਡਾ ਫਲ ਹੈ ਵੀ ਜਿਹੜਾ ਇਸ ਤਰ੍ਹਾਂ ਨਾਮ ਲਵੇਗਾ ਨਾ ਭਗਵਾਨ ਵਿਸ਼ਨੂੰ ਜੀ ਦੇ, ਜਿਹੜੇ ਜਿਹੜੇ ਉਹਨਾਂ ਨੇ ਕਾਰਜ ਕੀਤੇ ਉਹਨਾਂ ਨੂੰ ਫਲ ਬੜਾ ਵੱਡਾ ਮਿਲੇਗਾ। ਅਧਿਕ ਮਹਾਤਮ ਗਿਣਿਆ ਜਾਂਦਾ ਹੈ ਵਿਸ਼ਨ ਸਹੰਸਰ ਨਾਮੇ ਬਾਣੀ ਜਿਹੜੀ ਉਹਨਾਂ ਦੀ ਹੈ ਉਹਦਾ ਪਾਠ ਕਰਨ ਦਾ, ਉਹਦਾ ਜਾਪ ਕਰਨ ਦਾ। ਸਿੱਖਾਂ ਨੇ ਬੇਨਤੀ ਇਹ ਕੀਤੀ, ਮਹਾਰਾਜ ਆਪ ਕੋਈ ਇਹੋ ਜਿਹਾ ਸਾਨੂੰ ਵੀ ਮੰਤਰ ਬਖਸ਼ਿਸ਼ ਕਰ ਦਿਓ, ਕੋਈ ਸ਼ਬਦ ਬਖਸ਼ਿਸ਼ ਕਰੋ
ਜਿਹਦੇ ਵਿੱਚ ਤੁਸੀਂ ਆਪਣੇ ਮੁੱਖੋਂ ਨਾਮ ਲੈ ਕੇ ਗੁਰਬਾਣੀ ਦੇ ਅੰਦਰ ਦਰਜ ਕਰੋ ਤਾਂ ਕਿ ਉਸ ਸ਼ਬਦ ਨੂੰ ਅਸੀਂ ਪੜ੍ਹੀਏ ਅਤੇ ਸਾਨੂੰ ਵੀ ਉਹਦਾ ਫਲਾ ਮਹਾਤਮ ਜਿਹੜਾ ਉਹ ਪ੍ਰਾਪਤ ਹੋਵੇ। ਮਹਾਰਾਜ ਜੀਆਂ ਨੇ ਉਸ ਵੇਲੇ ਇਹ ਬਚਨ ਮੰਨ ਕੇ ਇਹ ਵਿਸ਼ਨ ਸਹੰਸਰਨਾਮਾ ਇਹ ਕਥਨ ਕਰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਥੇ ਕਥਨ ਕੀਤਾ। ਮਹਾਰਾਜ ਕਹਿੰਦੇ ਸਿੱਖੋ ਉੱਥੇ ਰਹਿਣ ਦਿਓ, ਅਸੀਂ ਤੁਹਾਡੇ ਵਾਸਤੇ ਇਹ ਮੰਤਰ ਉਚਾਰਦੇ ਹਾਂ, ਸ਼ਬਦ ਜਿਹਦੇ ਵਿੱਚ ਪਰਮੇਸ਼ਰ ਦੇ ਵੱਖਰੇ ਵੱਖਰੇ ਨਾਮ ਨੇ, ਤੁਸੀਂ ਇਹਦਾ ਜਾਪ ਕਰਿਆ ਕਰੋ, ਤੁਹਾਨੂੰ ਫਲਾ ਮਹਾਤਮ ਪ੍ਰਾਪਤ ਹੋਵੇਗਾ। ਇਹ ਸ਼ਬਦ ਮਹਾਰਾਜ ਜੀਆਂ ਨੇ 21 ਪੌੜੀਆਂ ਦਾ ਇਹ ਬਖਸ਼ਿਸ਼ ਕੀਤਾ ਹੈ। 21 ਪੌੜੀਆਂ ਦੇ ਵਿੱਚ ਅਕਾਲ ਪੁਰਖ ਦੀ ਉਸਤਤ ਕਰਦੇ ਫਰਮਾਉਂਦੇ ਹਨ, ਆਪਾਂ ਸਰਵਨ ਕਰੀਏ। ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ। ਗੁਰਮੁਖੋ ਇਹ ਜਿੰਨੇ ਨਾਮ ਆਉਣਗੇ ਨਾ ਇਹ ਸਾਰੇ ਪਰਮਾਤਮਾ ਦੇ ਨਾਮ ਹੀ ਆਉਣਗੇ, ਕਿਉਂਕਿ ਉਹਦੇ ਨਾਮ ਕਿਸੇ ਨਾ ਕਿਸੇ ਰੂਪ ਕਰਕੇ ਪੈ ਗਏ। ਵਿਦਵਾਨਾਂ ਨੇ ਜ਼ਿਕਰ ਕੀਤਾ ਵੀ 6 ਤਰ੍ਹਾਂ ਕਰਕੇ ਵਿਅਕਤੀ ਦਾ ਨਾਮ ਪੈਂਦਾ ਹੈ, 6 ਤਰ੍ਹਾਂ ਕਰਕੇ ਵਿਅਕਤੀ ਦਾ ਨਾਮ ਪੈਂਦਾ ਹੈ। ਕੁਝ ਮਾਤਾ ਪਿਤਾ ਦੇ ਕਹਿਣ ਕਰਕੇ, ਕੁਝ ਜਾਤੀ ਦਾ ਸੰਬੰਧ ਹੋਣ ਕਰਕੇ, ਕੋਈ ਕੰਮਾਂ ਦਾ ਸੰਬੰਧ ਹੋਣ ਕਰਕੇ, ਕੋਈ ਸਰੀਰ ਦੀ ਬਣਤਰ ਨੂੰ ਲੈ ਕੇ ਵੀ ਨਾਮ ਪੈ ਜਾਂਦਾ ਹੈ। ਭਾਵੇਂ ਵਿਅਕਤੀ ਦਾ ਨਾਮ ਕੋਈ ਹੋਵੇ, ਕਦ ਮਦਰਾ ਤਾਂ ਲੋਕ ਕਹਿ ਦਿੰਦੇ ਬੌਣਾ ਹੈ, ਉਹ ਬੌਣਾ ਕਰਕੇ ਵੀ ਪ੍ਰਸਿੱਧ ਹੋ ਗਿਆ। ਕੁਝ ਨਾਮ ਐਸੇ ਨੇ ਜਿਹੜੇ ਸਰੀਰ ਕਰਕੇ ਵੀ ਪੈ ਜਾਂਦੇ, ਸਰੀਰ ਦੀ ਬਣਤਰ ਨੂੰ ਵੇਖ ਕੇ ਲੰਮਾ ਹੈ ਤਾਂ ਕਹਿ ਦੇਣਾ ਲੰਬੂ ਹੈ। ਇਸ ਤਰ੍ਹਾਂ ਮਨੁੱਖ ਦੇ ਨਾਮ ਜਿਹੜੇ ਨੇ ਉਹ 6 ਤਰੀਕਿਆਂ ਦੇ ਨਾਲ, ਜਿਹੜੇ ਜਿਹੜੇ ਕੰਮ ਕੀਤੇ, ਕੁਝ ਲੋਕਾਂ ਦੇ ਕੰਮ ਕਰਕੇ ਵੀ ਨਾਮ ਪੈ ਜਾਂਦਾ। ਜਿਵੇਂ ਕੋਈ ਕੱਪੜੇ ਦੀ ਸਿਲਾਈ ਕਰਦਾ ਕੰਮ ਹੀ ਹੈ ਨਾ ਤਾਂ ਕਹਿ ਦਿੱਤਾ ਦਰਜੀ, ਹੁਣ ਕੰਮ ਤਾਂ ਉਹਦਾ ਕੱਪੜੇ ਦੀ ਸਿਲਾਈ ਕਰਨਾ, ਕੰਮ ਤੋਂ ਨਾਮ ਪੈ ਗਿਆ। ਇਸ ਤਰ੍ਹਾਂ ਪਰਮਾਤਮਾ ਦੇ ਨਾਮ ਨੇ ਵੱਖਰੇ ਵੱਖਰੇ, ਉਹ ਆਪਾਂ ਸਰਵਨ ਕਰਾਂਗੇ। ਪਹਿਲਾ ਨਾਮ ਮਹਾਰਾਜ ਨੇ ਲਿਖਿਆ ਵੀ ਉਹਨੂੰ ਕਿਹਾ ਜਾਂਦਾ ਹੈ ਅਚੁੱਤ। ਅਚੁੱਤ ਤਾਂ ਕਿਹਾ ਜਾਂਦਾ ਵੀ ਉਹ ਅਗੇੜ ਹੈ, ਕਿਸੇ ਗੇੜੇ ਵਿੱਚ ਨਹੀਂ ਆਉਂਦਾ ਹੈ। ਪੰਖੀ ਭੌਂਦੀਆਂ ਲਹਿਨ ਸਾਹ ਸੂਹੈ ਚਾੜ ਭਵਾਈਐ ਜੰਤ ਨਾਨਕ ਭੌਂਦਿਆਂ ਗਣਤ ਨ ਅੰਤ। ਗੁਰਬਾਣੀ ਇਹ ਬਚਨ ਕਰਦੀ ਹੈ ਵੀ ਜਿਵੇਂ ਪੱਖੇ ਘੁੰਮਦੇ ਨੇ, ਘੁੰਮਿਆਰਾਂ ਦੇ ਚੱਕ ਘੁੰਮਦੇ ਨੇ, ਪੱਖੀਆਂ ਘੁੰਮਦੀਆਂ ਨੇ, ਇਸ ਤਰ੍ਹਾਂ ਜੀਵ ਜੰਤੂ ਵੀ 84 ਲੱਖ ਜੂਨਾਂ ਵਿੱਚ ਘੁੰਮਦੇ ਨੇ, ਪਰ ਇੱਕ ਪਰਮਾਤਮਾ ਹੈ ਜਿਹੜਾ ਕਿਸੇ ਵੀ ਘੇਰੇ ਵਿੱਚ ਨਹੀਂ ਆਉਂਦਾ, ਕਿਸੇ ਗੇੜੇ ਵਿੱਚ ਨਹੀਂ ਆਉਂਦਾ ਵੀ ਉਹ ਇਸ ਜਨਮ ਵਿੱਚ ਹੈ ਫਿਰ ਉਸ ਜਨਮ ਦੇ ਵਿੱਚ ਹੈ। ਲਾਟੂ ਮਧਾਣੀਆਂ ਅਨਗਾਹ, ਲਾਟੂ ਵੀ ਘੁੰਮਦੇ, ਮਧਾਣੀਆਂ ਦੁੱਧ ਵਿੱਚ ਘੁੰਮਦੀਆਂ ਪਈਆਂ, ਪੰਖੀ ਭੌਂਦੀਆਂ ਲੈਣ ਸਾ ਸੂਹੈ ਚਾੜ ਭਵਾਈਐ ਜੰਤ ਨਾਨਕ ਭੌਂਦਿਆਂ ਗੰਤ ਨਾ ਅੰਤ। ਇਹ ਗੁਰਬਾਣੀ ਦਾ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਵੀ ਸਾਰੀ ਦੁਨੀਆ ਭੌਂਦੀ ਪਈ ਹੈ, ਪਰ ਜੇ ਨਹੀਂ ਭੌਂਦਾ, ਨਹੀਂ ਚੱਕਰ ਵਿੱਚ ਆਉਂਦਾ, ਉਹ ਪਰਮਾਤਮਾ ਹੈ। ਜਿਹੜਾ ਚੱਕਰ ਵਿੱਚ ਨਾ ਆਵੇ ਉਸ ਨੂੰ ਕਿਹਾ ਜਾਂਦਾ ਹੈ ਅਗੇੜ, ਗੇੜੇ ਵਿੱਚ ਨਹੀਂ ਆਇਆ ਵੀ ਗੇੜੇ ਤੋਂ ਪਰੇ ਹੋ ਗਿਆ ਹੈ। ਅਤੇ ਆਪਾਂ ਮੰਗਲਾਚਰਨ ਇਹ ਪੜ੍ਹਿਆ ਹੈ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ। ਮਹਾਤਮਾ ਜਿਹੜੇ ਮਹਾਂਪੁਰਖ ਨਾ, ਇਹ ਕਥਾ ਦੇ ਨਾਲ ਹਰ ਵੇਲੇ ਸ਼ਬਦ ਪੜ੍ਹਿਆ ਕਰਦੇ, ਇਹਦਾ ਮਹਾਤਮ ਬੜਾ ਵੱਡਾ ਦੱਸਦੇ, ਕਹਿੰਦੇ ਪਰਮਾਤਮਾ ਦੇ ਨਾਮ ਦੀ ਸਿਫਤ ਹੀ ਹੈ। ਹੇ ਅਚੁੱਤ ਹੇ ਅਗਿੜ ਸਰੂਪ ਪਰਮਾਤਮਾ, ਪਾਰ ਬ੍ਰਹਮ ਆ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੋ, ਨਾਸ ਤੋਂ ਰਹਿਤ ਹੋ,
ਤੇ ਪਾਪਾਂ ਨੂੰ ਨਾਸ ਕਰਨ ਵਾਲੇ ਹੋ। ਅਬਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ, ਆਪ ਸਾਰਿਆਂ ਥਾਵਾਂ 'ਤੇ ਪਰਿਪੂਰਨ, ਆਪ ਸਾਰਿਆਂ ਵਿੱਚ ਬੈਠੇ ਹੋਏ। ਇਸ ਤਰ੍ਹਾਂ ਇਹ ਪੌੜੀ ਮਹਾਰਾਜ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਰਚੀ ਹੈ, ਜੋ ਮੰਗਲ ਦੇ ਰੂਪ ਵਿੱਚ ਆਪਾਂ ਸਰਵਣ ਕੀਤੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਉਹ ਜੋ ਅਕਾਲ ਪੁਰਖ ਹੈ, ਅਚੁੱਤ ਹੈ। ਅਚੁੱਤ ਕਹੀਏ ਵੀ ਅਗੇੜ ਹੈ, ਗੇੜੇ ਵਿੱਚ ਨਹੀਂ ਆਉਂਦਾ, ਜਨਮਾਂ ਵਿੱਚ ਨਹੀਂ ਆਉਂਦਾ। ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਸਵਾਂਤਰਜਾਮੀ। ਫਿਰ ਉਹ ਜੋ ਪਰਮੇਸ਼ਰ ਹੈ, ਉਹ ਹੈ ਪਾਰ ਬ੍ਰਹਮ। ਪਾਰ ਬ੍ਰਹਮ ਤਾਂ ਆਖਿਆ ਜਾਂਦਾ ਹੈ ਵੀ ਸਭਨਾ ਤੋਂ ਪਰੇ ਹੈ, ਕਿਸੇ ਦੀ ਪਹੁੰਚ ਵਿੱਚ ਨਹੀਂ ਹੈ। ਕਈ ਵਾਰੀ ਆਪਾਂ ਬਹੁਤੇ ਦੁਖੀ ਹੋ ਜਾਈਏ ਅਤੇ ਕਹੀਏ ਨਾ, ਰੱਬ ਮੇਰੇ ਕੋਲ ਹੋਵੇ ਤਾਂ ਮੈਂ ਰੱਬ ਨੂੰ ਇੱਦਾਂ ਕਰਦਿਆਂ, ਪਰ ਨਹੀਂ, ਉਹ ਪਰੇ ਹੈ ਸਾਰਿਆਂ ਤੋਂ, ਕਿਸੇ ਦੀ ਪਹੁੰਚ ਵਿੱਚ ਨਹੀਂ ਆਉਂਦਾ, ਕਿਸੇ ਦੀ ਪਕੜ ਵਿੱਚ ਆਉਂਦਾ ਹੀ ਨਹੀਂ ਹੈ, ਪਰੇ ਹੈ। ਉਹਨੂੰ ਫੜਨਾ ਚਾਹੀਏ ਤਾਂ ਫੜਿਆ ਨਹੀਂ ਜਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ 'ਤੇ ਚੜ੍ਹ ਕੇ ਜਦੋਂ ਆਖਿਆ ਨਾ, ਸਾਡਾ ਅੰਗੀਠਾ ਤਿਆਰ ਕਰੋ ਭਾਈ, ਅਸੀਂ ਸੱਚਖੰਡ ਨੂੰ ਜਾਣਾ ਹੈ। ਅੰਗੀਠਾ ਤਿਆਰ ਹੋ ਗਿਆ ਅਤੇ ਪਾਤਸ਼ਾਹ ਜੀ ਬਾਣਾ ਸਜਾ ਕੇ ਘੋੜੇ 'ਤੇ ਚੜ੍ਹ ਕੇ ਜਦੋਂ ਆਏ ਤਾਂ ਭਾਈ ਦਇਆ ਸਿੰਘ ਸਾਹਿਬ ਨੇ ਮੱਥਾ ਟੇਕਿਆ, ਅੱਗੇ ਹੋ ਕੇ ਮਹਾਰਾਜ ਦੇ ਚਰਨ ਫੜ ਕੇ ਨਮਸਕਾਰ ਕਰਨੀ ਚਾਹੁੰਦਾ। ਜਦੋਂ ਚਰਨਾਂ ਨੂੰ ਹੱਥ ਪਾਇਆ, ਚਰਨ ਹੱਥ ਵਿੱਚ ਨਹੀਂ ਆਉਂਦੇ ਪਏ, ਦਿਸਦੇ ਪਏ ਨੇ ਪਰ ਹੱਥ ਵਿੱਚ ਨਹੀਂ ਆਏ, ਫੜੇ ਨਹੀਂ ਗਏ। ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਇਹਨਾਂ ਚਰਨਾਂ ਦੇ ਅੱਗੇ ਵੀ ਅਸੀਂ ਫੜ ਫੜ ਕੇ ਨਮਸਕਾਰਾਂ ਕਰਦੇ, ਅੱਜ ਆਪ ਜੀ ਦੇ ਚਰਨ ਹੱਥ ਵਿੱਚ ਨਹੀਂ ਆਏ। ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਸਾਡਾ ਪ੍ਰਕਾਸ਼ ਸਰੂਪ ਹੈ, ਕਿਸੇ ਹੱਥ ਵਿੱਚ ਨਹੀਂ ਆਉਂਦਾ, ਇਹ ਪਕੜ ਵਿੱਚ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਉਹ ਪਰਮੇਸ਼ਰ ਦਾ ਨਾਮ ਹੈ ਪਾਰ ਬ੍ਰਹਮ, ਜਿਹੜਾ ਕਿ ਪਰਮਾਤਮਾ ਪਾਰ ਤੋਂ ਪਾਰ ਭਾਵ ਹੈ, ਪਰੇ ਹੈ ਸਾਰਿਆਂ ਦੀ ਪਕੜ ਵਿੱਚ ਨਹੀਂ ਆਉਂਦਾ ਹੈ। ਅਤੇ ਬ੍ਰਹਮ ਤੋਂ ਭਾਵ ਹੁੰਦਾ ਗੁਰਮੁਖੋ ਵਿਆਪਕ, ਜਿਹੜਾ ਸਾਰਿਆਂ ਥਾਵਾਂ 'ਤੇ ਹੋਵੇ, ਕੋਈ ਇਹੋ ਜਿਹੀ ਜਗ੍ਹਾ ਨਹੀਂ ਵੀ ਜਿੱਥੇ ਉਹ ਨਾ ਮੇ ਜਿਮੀ ਜਮਾਨ ਕਹਿ ਵਿਖੇ ਸਮਸਤ ਏਕ ਜੋਤ ਹੈ। ਧਰਤੀ ਵਿੱਚ ਵੀ ਉਹਦਾ ਵਾਸਾ ਹੈ ਅਤੇ ਆਕਾਸ਼ ਦੇ ਵਿੱਚ ਵੀ, ਰੇਤ ਦੇ ਕਣ ਵਿੱਚ ਵੀ ਅਤੇ ਪਾਣੀ ਦੀ ਬੂੰਦ ਵਿੱਚ ਵੀ ਉਹਦਾ ਨਿਵਾਸ ਹੈ। ਉਹਨੂੰ ਕਿਹਾ ਜਾਂਦਾ ਹੈ ਬ੍ਰਹਮ, ਜਿਹੜਾ ਸਾਰਿਆਂ ਥਾਵਾਂ 'ਤੇ ਵਿਆਪਕ ਹੋਵੇ, ਐਸਾ ਉਹ ਪਰਮੇਸ਼ਰ, ਤਾਂ ਉਸ ਨੂੰ ਪਾਰ ਬ੍ਰਹਮ ਆਖਿਆ ਜਾਂਦਾ ਹੈ। ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ। ਫਿਰ ਉਸ ਨੂੰ ਪਰਮੇਸ਼ਰ ਤਾਂ ਕਿਹਾ ਜਾਂਦਾ ਹੈ, ਉਹ ਪਰਮ ਈਸ਼ਵਰ ਹੈ, ਸਭ ਤੋਂ ਵੱਡਾ ਹੈ। ਦੁਨੀਆਂ ਵਿੱਚ ਵੱਡੇ ਮਨੁੱਖ ਨੂੰ ਮੰਨਿਆ ਹੈ ਬਾਕੀ 84 ਲੱਖ ਜੂਨਾਂ ਦੇ ਨਾਲੋਂ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਧਰਤੀ 'ਤੇ ਬੰਦਾ ਸਰਦਾਰ ਹੈ, ਜੂਨਾਂ ਤੋਂ ਉੱਪਰ ਹੈ, ਪਰ ਬੰਦੇ ਤੋਂ ਉੱਪਰ ਰਾਜਾ ਹੈ, ਰਾਜੇ ਤੋਂ ਉੱਪਰ ਵੱਡਾ ਰਾਜਾ ਹੈ, ਵੱਡਿਆਂ ਰਾਜਿਆਂ ਤੋਂ ਉੱਪਰ ਫਿਰ ਇੰਦਰ ਹੈ, ਇੰਦਰ ਤੋਂ ਉੱਪਰ ਬਰਮਾ, ਬਰਮਾ ਤੋਂ ਉੱਪਰ ਹੋਰ ਕਈ ਦੇਵਤੇ। ਪਰ ਉਹ ਪਰਮਾਤਮਾ ਸਾਰਿਆਂ ਤੋਂ ਵੱਡਾ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਦੇਵਤਿਆਂ ਨੂੰ ਉਹ ਵੇਖਦਾ ਪਿਆ ਕਿਉਂਕਿ ਵੱਡਾ ਹੈ, ਉੱਚਾ ਹੈ, ਅਤੇ ਪਰ ਇਹ ਦੇਵਤੇ ਨੀਵੇਂ ਛੋਟੇ ਨੇ, ਵੇਖ ਨਹੀਂ ਸਕਦੇ ਉਹਨੂੰ। ਇਸ ਕਰਕੇ ਉਹਨੂੰ ਕਿਹਾ ਜਾਂਦਾ ਹੈ ਪਰਮੇਸ਼ਰ, ਪਰਮ ਈਸ਼ਵਰ, ਜਿਹੜਾ ਸਭ ਤੋਂ ਵੱਡਾ ਹੈ, ਉਹਦੇ ਵਰਗਾ ਵੱਡਾ ਕੋਈ ਨਹੀਂ। ਤਾਂ ਹੀ ਬਚਨ ਆਖਿਆ ਸਭ ਤੋਂ ਵੱਡਾ ਸਤਿਗੁਰ ਨਾਨਕ। ਗੁਰੂ ਨਾਨਕ ਸਾਹਿਬ ਨੂੰ ਤਾਂ ਵੱਡਾ ਆਖਿਆ ਕਿਉਂਕਿ ਉਹ ਪਰਮੇਸ਼ਰ ਨੇ, ਸਭ ਤੋਂ ਵੱਡੇ ਹਨ। ਅੰਤਰਜਾਮੀ, ਫਿਰ ਉਸ ਨੂੰ ਗੁਰਮੁਖੋ ਅੰਤਰਜਾਮੀ ਕਿਹਾ ਹੈ। ਅੰਤਰਜਾਮੀ ਤੋਂ ਭਾਵ ਹੁੰਦਾ ਮਨ ਦੀ ਜਾਣ ਲਵੇ, ਮੇਰੇ ਮਨ ਵਿੱਚ ਕੀ ਚੱਲਦਾ ਹੈ, ਤੁਹਾਡੇ ਮਨ ਵਿੱਚ ਕੀ ਚੱਲਦਾ, ਬਿਨ ਬੋਲਿਆਂ
ਸਭ ਕੁਛ ਜਾਣਦਾ, ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਹੈ। ਭਗਤ ਤ੍ਰਿਲੋਚਨ ਜੀ ਦੇ ਸਮੇਂ ਦਾ ਇੱਕ ਵਾਕਿਆ ਆਉਂਦਾ ਨਾ, ਬਾਜ਼ਾਰ ਵਿੱਚ ਚਲੇ ਗਏ, ਘਰ ਵਾਲੀ ਨੇ ਆਖਿਆ ਵੀ ਘਰ ਵਿੱਚ ਬੜੇ ਭਗਤ ਆਉਂਦੇ, ਭਗਤ ਜੀ ਵਿਅਕਤੀ ਜਿਹੋ ਜਿਹਾ ਕੰਮ ਕਰੇ ਨਾ ਉਹੋ ਜਿਹਾ ਸੰਗ ਬਣ ਜਾਂਦਾ ਹੈ। ਹੁਣ ਭਗਤ ਤ੍ਰਿਲੋਚਨ ਜੀ ਭਗਤੀ ਕਰਦੇ ਸਨ ਅਤੇ ਉਹਨਾਂ ਨੂੰ ਵੇਖ ਕੇ ਕਈ ਭਗਤ ਘਰ ਵਿੱਚ ਆ ਜਾਂਦੇ ਅਤੇ ਘਰ ਵਾਲੀ ਨੇ ਆਖਿਆ ਇਸਤਰੀ ਨੇ ਵੀ ਭਗਤ ਬੜੇ ਆਉਂਦੇ ਅਤੇ ਕੰਮ ਕਰਨਾ ਬੜਾ ਔਖਾ, ਕੋਈ ਨੌਕਰ ਨਾ ਰੱਖ ਲਈਏ, ਥੋੜ੍ਹੀ ਮਦਦ ਕਰਾ ਦਿਆ ਕਰੇਗਾ। ਭਗਤ ਤ੍ਰਿਲੋਚਨ ਜੀ ਕਹਿਣ ਲੱਗੇ ਠੀਕ ਹੈ, ਬਾਜ਼ਾਰ ਵਿੱਚ ਚਲੇ ਗਏ, ਇੱਕ ਕਾਮੇ ਨੂੰ ਵੇਖ ਕੇ ਪੁੱਛਿਆ, ਕਹਿਣ ਲੱਗੇ ਵੀ ਤੁਹਾਡਾ ਨਾਮ ਕੀ ਹੈ? ਕਹਿੰਦਾ ਮੇਰਾ ਨਾਮ ਅੰਤਰਜਾਮੀ ਹੈ। ਉਸ ਵੇਲੇ ਭਗਤ ਤ੍ਰਿਲੋਚਨ ਜੀ ਕਹਿਣ ਲੱਗੇ ਵੀ ਮੇਰੇ ਘਰ ਵਿੱਚ ਨੌਕਰੀ ਕਰੇਗਾ। ਪੁੱਛਿਆ ਨੌਕਰੀ ਕਾਹਦੀ ਹੈ? ਕਹਿੰਦੇ ਜੀ ਪ੍ਰਸ਼ਾਦਾ ਪਾਣੀ ਬਣਾਉਣਾ ਅਤੇ ਸੰਗਤ ਨੂੰ ਛਕਾਉਣਾ ਆਏ ਗਏ ਭਗਤਾਂ ਨੂੰ। ਅੰਤਰਜਾਮੀ ਜੀ ਕਹਿਣ ਲੱਗੇ ਵੀ ਠੀਕ ਹੈ, ਜੇ ਤੁਸੀਂ ਇਹ ਮੈਨੂੰ ਸੇਵਾ ਦਿੰਦੇ ਹੋ ਤਾਂ ਮੈਂ ਕਰਨ ਵਾਸਤੇ ਤਿਆਰ ਹਾਂ। ਕਹਿੰਦੇ ਤਨਖਾਹ ਕਿੰਨੀ ਲਵੇਂਗਾ? ਕਹਿੰਦੇ ਤਨਖਾਹ ਤਾਂ ਨਹੀਂ ਲਵਾਂਗਾ, ਸੇਵਾ ਵਾਲਾ ਕੰਮ ਹੈ, ਪਰ ਤੁਹਾਡੇ ਕੋਲੋਂ ਪ੍ਰਸ਼ਾਦਾ ਛਕਾਂਗਾ, ਪ੍ਰਸ਼ਾਦਾ ਛਕਾਂਗਾ ਅਤੇ ਤੁਹਾਡੇ ਘਰ ਰਵਾਂਗਾ, ਪਰ ਮੇਰਾ ਇੱਕ ਵਚਨ ਹੈ ਵੀ ਮੈਂ ਪ੍ਰਸ਼ਾਦਾ ਮੰਗ ਕੇ ਨਹੀਂ ਲਵਾਂਗਾ, ਵੀ ਦੋ ਪ੍ਰਸ਼ਾਦੇ ਛਕ ਲੈਣਾ ਜੇ ਮੈਨੂੰ ਭੁੱਖ ਹੈ ਜੀ, ਦੋ ਹੋਰ ਦੇ ਦਿਓ। ਨਹੀਂ, ਇਹ ਨਹੀਂ ਮੈਂ ਕਵਾਂਗਾ, ਜਿੰਨੇ ਛਕਾ ਦਿਓਗੇ ਮੈਂ ਛਕ ਲਿਆ ਕਰਾਂਗਾ। ਜਿਸ ਦਿਨ ਤੁਸੀਂ ਮੇਰੀ ਨਿੰਦਿਆ ਕਰੋਗੇ, ਮੈਨੂੰ ਮਾੜਾ ਕਹੋਗੇ, ਉਸ ਦਿਨ ਮੈਂ ਚਲੇ ਜਾਵਾਂਗਾ ਛੱਡ ਕੇ, ਫਿਰ ਮੈਂ ਲੱਭਾਂਗਾ। ਭਗਤ ਜੀ ਉਹਨੂੰ ਆਪਣੇ ਘਰ ਵਿੱਚ ਲੈ ਆਏ, ਕਹਿਣ ਲੱਗੇ ਠੀਕ ਹੈ, ਸਾਨੂੰ ਤੇਰੀਆਂ ਸ਼ਰਤਾਂ ਮਨਜ਼ੂਰ ਨੇ, ਘਰ ਵਿੱਚ ਲੈ ਆਉਂਦਾ। ਹੁਣ ਬੜੇ ਸਾਧੂ ਸੰਤ ਆਉਂਦੇ, ਜਥੇ ਬਣਾ ਕੇ ਆਉਂਦੇ ਅਤੇ ਉਹ ਬੀਬੀ ਵੀ ਘਰ ਵਾਲੀ ਭਗਤ ਤ੍ਰਿਲੋਚਨ ਜੀ ਆਉਂਦੇ, ਉਹ ਵੀ ਕੰਮ ਕਰਦੀ ਹੈ, ਜਿਹੜਾ ਨੌਕਰ ਰੱਖਿਆ ਅੰਤਰਜਾਮੀ ਇਹ ਵੀ ਕੰਮ ਕਰਦਾ, ਪ੍ਰਸ਼ਾਦਾ ਪਾਣੀ ਬਣਾਇਆ ਜਾਂਦਾ, ਸਾਰਿਆਂ ਨੂੰ ਛਕਾਇਆ ਜਾਂਦਾ, ਸਾਰੇ ਛਕ ਕੇ ਚਲੇ ਜਾਂਦੇ। ਫਿਰ ਉਹ ਭਗਤ ਤ੍ਰਿਲੋਚਨ ਜੀਆਂ ਦੀ ਘਰਵਾਲੀ ਦੋ ਪ੍ਰਸ਼ਾਦੇ ਤਿੰਨ ਪ੍ਰਸ਼ਾਦੇ ਪਾ ਕੇ ਇਹਨੂੰ ਵੀ ਦੇ ਦਿੰਦੀ ਨੌਕਰ ਨੂੰ ਵੀ, ਲੈ ਭਾਈ ਤੂੰ ਵੀ ਛਕ ਲਾ। ਇਹ ਨੌਕਰ ਛਕਦਾ ਪ੍ਰਸ਼ਾਦਾ ਅਤੇ ਛਕ ਕੇ ਭਾਂਡੇ ਸਾਫ਼ ਕਰਕੇ ਰੱਖ ਦਿੰਦਾ। ਕੁਝ ਦਿਨ ਤਾਂ ਗੱਲ ਚੱਲਦੀ ਰਹੀ, ਸੇਵਾ ਹੁੰਦੀ ਰਹੀ। ਇੱਕ ਦਿਨ ਭਗਤ ਜੀ ਦੀ ਘਰਵਾਲੀ ਦੇ ਮਨ ਵਿੱਚ ਗੱਲ ਇਹ ਆ ਗਈ ਵੀ ਮੈਂ ਜਿੰਨੇ ਕੁ ਪ੍ਰਸ਼ਾਦੇ ਦੇਣੀ ਆ ਉਨੇ ਕੁ ਹੀ ਛਕ ਲੈਂਦਾ, ਇਹਨੇ ਕਦੇ ਮੰਗਿਆ ਹੀ ਨਹੀਂ, ਇਹ ਨਾ ਹੋਵੇ ਨੌਕਰ ਕਦੇ ਭੁੱਖਾ ਹੀ ਨਾ ਰਹਿੰਦਾ ਹੋਵੇ। ਮਨ ਵਿੱਚ ਇਹ ਗੱਲ ਜਾਣ ਕੇ ਅੱਜ ਉਹਨੇ ਇਹ ਫੈਸਲਾ ਕਰ ਲਿਆ ਵੀ ਅੱਜ ਮੈਂ ਇਹਨੂੰ ਰਜਾ ਕੇ ਹਟਣਾ ਹੈ, ਜਿੰਨੇ ਮਰਜ਼ੀ ਖਾਵੇ ਅੱਜ ਮੈਂ ਰੱਖੀ ਜਾਣੇ ਪ੍ਰਸ਼ਾਦੇ ਬਣਾ ਬਣਾ ਕੇ। ਜਦੋਂ ਆਪਦੇ ਮੂੰਹੇ ਕਹੇਗਾ ਨਾ ਬਸ ਉਦੋਂ ਮੈਂ ਹਟਾਂਗੀ। ਤੋਂ ਪ੍ਰਸ਼ਾਦੇ ਬਣਾਉਣ ਲੱਗ ਪਈ, ਅੰਤਰਜਾਮੀ ਨੂੰ ਆਖਿਆ ਵੀ ਕੋਲ ਹੀ ਬੈਠ ਜਾ ਅਤੇ ਛਕ ਲਾ, ਅਤੇ ਉਹ ਛਕਣ ਲੱਗ ਪਿਆ। ਦੋ ਪ੍ਰਸ਼ਾਦੇ ਰੱਖੇ, ਉਹ ਛਕ ਲਿਆ ਕਰੇ, ਦੋ ਫਿਰ ਰੱਖਿਆ ਕਰੇ, ਉਹ ਫਿਰ ਛਕ ਲਿਆ ਕਰੇ। ਜਿੰਨਾ ਆਟਾ ਉਹਨੇ ਗੁੰਨਿਆ ਪਰਾਤ ਵਿੱਚ, ਜਿੰਨਾ ਮੱਟੀ ਵਿੱਚ, ਸਾਰਾ ਗੁੰਨ ਗੁੰਨ ਕੇ ਪ੍ਰਸ਼ਾਦੇ ਬਣਾਈ ਗਈ ਤਵੀ 'ਤੇ ਰੱਖ ਰੱਖ ਕੇ, ਅਤੇ ਉਹ ਛਕ ਹੀ ਗਿਆ। ਛਕਦਿਆਂ ਛਕਦਿਆਂ ਬੀਬੀ ਥੱਕ ਗਈ, ਪਰ ਛਕਣ ਵਾਲਾ ਨਾ ਥੱਕਿਆ, ਆਟਾ ਵੀ ਮੁੱਕ ਗਿਆ, ਆਪ ਵੀ ਥੱਕ ਕੇ ਬੈਠ ਗਈ। ਅਤੇ ਫਿਰ ਉਹਨੇ ਰੱਖਿਆ ਪਰਾਤ ਅਤੇ ਵੇਲਣਾ, ਐਂ ਪਰਾ ਚਲਾ ਕੇ ਮਾਰਿਆ ਵੀ ਇਹਦੇ ਹੱਟਦਾ ਹੀ ਨਹੀਂ ਪਿਆ, ਮੇਰੇ ਤਾਂ ਆਪਦੇ ਹੱਡ ਗੋਡੇ ਪੀੜ ਹੋਣ ਲੱਗ ਪਏ। ਅਤੇ ਗੁੱਸੇ ਨਾਲ ਫਿਰ ਚਲੇ ਗਈ ਗੁਆਂਢਣ ਦੇ ਘਰ, ਕਹਿਣ ਲੱਗੀ ਵੀ ਗੁਆਂਢ ਨੇ ਤੈਨੂੰ ਕੀ ਦੱਸੀਏ, ਮੈਂ ਤਾਂ ਨੌਕਰ ਹੀ ਇਹੋ ਜਿਹਾ ਰੱਖ ਬੈਠੀ ਹਾਂ, ਮੈਂ ਅੱਜ ਸਵੇਰ ਦੀਆਂ ਰੋਟੀਆਂ ਲਾਹ ਲਾ ਕੇ ਉਹਨੂੰ ਖਵਾਉਂਦੀ ਪਈ ਹਾਂ, ਉਹ ਤਾਂ ਰੱਜਦਾ ਹੀ ਨਹੀਂ ਪਿਆ, ਪਤਾ ਨਹੀਂ ਸਦੀਆਂ ਦਾ ਕਿਤੇ ਭੁੱਖਾ ਹੈ। ਜਦੋਂ ਐਸੀਆਂ ਗੱਲਾਂ ਕੀਤੀਆਂ ਤਾਂ ਉਹ ਅੰਤਰਜਾਮੀ ਜੀ ਘਰੋਂ ਅਲੋਪ ਹੋ ਗਏ, ਚਲੇ ਗਏ। ਸ਼ਾਮ ਨੂੰ ਭਗਤ ਤ੍ਰਿਲੋਚਨ ਜੀ ਆਏ, ਕਹਿਣ ਲੱਗੇ ਵੀ ਆਪਣਾ ਨੌਕਰ ਨਹੀਂ ਦਿਸਦਾ ਹੈ, ਅੰਤਰਜਾਮੀ ਉਹਦਾ ਨਾਮ ਸੀ। ਅਤੇ ਉਹ ਕਹਿਣ ਲੱਗੀ ਵੀ ਉਹ ਤਾਂ ਬੜਾ ਵੱਡਾ ਭੁੱਖਾ ਸੀਗਾ, ਮੈਂ ਤਾਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਰੋਟੀਆਂ ਲਾਹੁੰਦੀ ਰਹੀ ਅਤੇ ਉਹ ਖਾਂਦਾ ਰਿਹਾ ਖਾਂਦਾ ਰਿਹਾ, ਅਤੇ ਹੁਣ ਪਤਾ ਨਹੀਂ ਖਾ ਕੇ ਕਿੱਧਰ ਚਲੇ ਗਿਆ।
ਉਸ ਵੇਲੇ ਭਗਤ ਤ੍ਰਿਲੋਚਨ ਜੀਆਂ ਨੇ ਫਿਰ ਅੰਤਰ ਧਿਆਨ ਹੋ ਕੇ ਵੇਖਿਆ ਵੀ ਇਹ ਕਾਰਨ ਕੀ ਹੈ ਵੀ ਉਹਨੇ ਸਾਨੂੰ ਆਖਿਆ ਸੀ ਵੀ ਜਿੰਨਾ ਪ੍ਰਸ਼ਾਦਾ ਦਿਓਗੇ ਮੈਂ ਛਕਾਂਗਾ ਮੈਂ ਮੰਗਾਂਗਾ ਨਹੀਂ ਅਤੇ ਮੈਂ ਸੇਵਾ ਕਰਾਂਗਾ ਜੇ ਬਹੁਤਾ ਖਾਧਾ ਤਾਂ ਹੁਣ ਦਿਸਦਾ ਨਹੀਂ ਜਦੋਂ ਅੰਤਰ ਧਿਆਨ ਹੋ ਕੇ ਵੇਖਿਆ ਨਾ ਅਤੇ ਭਗਤ ਤ੍ਰਿਲੋਚਨ ਜੀ ਸਮਝ ਗਿਆ ਵੀ ਇਹ ਤਾਂ ਖੁਦ ਪਰਮੇਸ਼ਰ ਆਇਆ ਸੀ ਸਾਡੇ ਘਰ ਨੌਕਰ ਬਣ ਕੇ ਉਹਨੇ ਨੌਕਰੀ ਕੀਤੀ ਹੈ ਵੀ ਭਗਤ ਦੇ ਘਰ ਵਿੱਚ ਭਗਤੀ ਆਉਂਦੇ ਨਾਮ ਜਪਣ ਵਾਲੇ ਅਤੇ ਉਹ ਤਾਂ ਸੇਵਾ ਕਰਦਾ ਸੀ ਅਤੇ ਅਸੀਂ ਨਿੰਦਿਆ ਕਰ ਬੈਠਾ ਮੇਰਾ ਪਰਿਵਾਰ ਅਤੇ ਉਹ ਤਾਂ ਚਲੇ ਗਿਆ ਹੈ। ਭਗਤ ਤ੍ਰਿਲੋਚਨ ਜੀਆਂ ਨੇ ਫਿਰ ਉੱਥੇ ਇੱਕ ਗੁਰਬਾਣੀ ਦਾ ਸ਼ਬਦ ਵੀ ਰਚਿਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਅਤੇ ਉਹਨਾਂ ਨੇ ਫਿਰ ਬਚਨ ਆਖਿਆ ਕਹਿਣ ਲੱਗੇ ਭਾਈ ਉਹ ਪੂਰਬਲੋ ਕਰਮ ਕ੍ਰਿਤ ਮਿਟਿਓ ਰੀਨਾ ਘਰ ਗ੍ਰਹਿਣ ਇਹ ਬਚਨ ਉਹਨਾਂ ਨੇ ਉੱਥੇ ਆਖੇ ਕਹਿਣ ਲੱਗੇ ਘਰਵਾਲੀ ਨੂੰ ਵੀ ਉਹ ਤਾਂ ਅੰਤਰ ਜਾਮੀ ਆ ਤੁਸੀਂ ਨਿੰਦਿਆ ਕੀਤੀ ਉਹ ਚਲੇ ਗਏ ਨੇ ਕਿਉਂਕਿ ਜਿੱਥੇ ਨਿੰਦਿਆ ਹੁੰਦੀ ਉੱਥੇ ਰਹਿੰਦੇ ਨਹੀਂ ਅਤੇ ਉਹਨੇ ਫਿਰ ਆਖਿਆ ਵੀ ਇਹ ਤਾਂ ਕਰਮਾਂ ਦੀ ਦਾਤ ਹੈ ਵੀ ਕਰਮਾਂ ਵਿੱਚ ਹੋਵੇ ਅਤੇ ਘਰਵਾਲੀ ਦਾ ਸਵਾਲ ਇਹ ਸੀ ਵੀ ਕਰਮ ਕਿਵੇਂ ਹੁੰਦਾ ਅਤੇ ਭੋਗਣਾ ਕਿਵੇਂ ਪੈਂਦਾ ਫਿਰ ਉਹਨਾਂ ਨੇ ਸ਼ਬਦ ਰਚਿਆ ਕਹਿਣ ਲੱਗੇ ਵੇਖੋ ਸ਼ਬਦ ਵਿੱਚ ਅਸੀਂ ਤੁਹਾਨੂੰ ਸਮਝਾ ਸਕਦੇ ਹਾਂ ਕਿ ਦੁਨੀਆਂ ਦੇ ਵਿੱਚ ਚੰਦਰਮਾ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਪਰ ਚੰਦਰਮਾ ਦਾ ਕਲੰਕ ਨਹੀਂ ਜੇ ਕੋਈ ਲਾ ਸਕਿਆ ਪਵਿੱਤਰ ਹੋਣ ਦੇ ਬਾਅਦ ਸ਼ਬਦ ਬੜਾ ਵੱਡਾ ਹੈ ਸਾਖੀਆਂ ਬਹੁਤੀਆਂ ਇਹਦੇ ਵਿੱਚ। ਦੂਜਾ ਬਚਨ ਉਹਨਾਂ ਨੇ ਕੀਤਾ ਵੀ ਹਨੂੰਮਾਨ ਨੂੰ ਭਗਤ ਮੰਨਿਆ ਜਾਂਦਾ ਹੈ ਪਰ ਆਪਣੀ ਘਰਵਾਲੀ ਨੂੰ ਕਹਿਣ ਲੱਗੇ ਵੀ ਕਰਮ ਵੇਖ ਲਾ ਕਿੱਡਾ ਵੱਡਾ ਹੈ ਵੀ ਹਨੂੰਮਾਨ ਆਪਣੇ ਗਲ ਵਿੱਚ ਕੱਪੜੇ ਨਹੀਂ ਪਾ ਸਕਿਆ ਨੰਗਾ ਹੀ ਸਾਰੀ ਉਮਰ ਰਹਿਣਾ ਪਿਆ। ਇਸ ਤਰ੍ਹਾਂ ਦੇ ਕਈ ਸ਼ਬਦ ਉਹਨਾਂ ਨੇ ਰਚ ਕੇ ਪੰਕਤੀਆਂ ਰਚ ਕੇ ਫਿਰ ਆਖਿਆ ਵੀ ਇੱਕ ਜਿਹੜਾ ਕਰਮ ਹੈ ਭੋਗੇ ਬਿਨਾਂ ਨਹੀਂ ਮਿਟਦਾ ਹੈ। ਕਿੱਥੇ ਉਹਨਾਂ ਅਰੁਣ ਦੀ ਉਦਾਹਰਨ ਦਿੱਤੀ ਅਰੁਣ ਪਿੰਗਲਾ ਹੈ ਉਹਦਾ ਭਰਾ ਸੂਰਜ ਹੈ ਪਰ ਉਹਦੇ ਬਾਵਜੂਦ ਵੀ ਉਹ ਕਹਿਣ ਲੱਗੇ ਵੀ ਉਹ ਸੂਰਜ ਦਾ ਰਥਵਾਈ ਹੋਣ ਕਰਕੇ ਅਰੁਣ ਉਹਦਾ ਵੀ ਕੋਈ ਬਚਾਅ ਨਹੀਂ ਹੋਇਆ ਗਰੁੜ ਨੇ ਸਿਫਾਰਿਸ਼ਾਂ ਵੀ ਕੀਤੀਆਂ ਨਹੀਂ ਬਚਾਅ ਹੋਇਆ ਲੰਮੀ ਸਾਖੀ ਹੈ ਗੁਰਮੁਖੋ। ਉੱਥੇ ਫਿਰ ਭਗਤ ਜੀਆਂ ਨੇ ਸ਼ਬਦ ਰਚਿਆ ਸੀਗਾ ਮਹਾਰਾਜ ਕਹਿਣ ਲੱਗੇ ਉਹਦੇ ਨਾਮ ਤਾਂ ਕਈ ਨੇ ਪਰ ਉਹਦੇ ਕਈ ਨਾਮਾਂ ਵਿੱਚੋਂ ਇੱਕ ਨਾਮ ਉਹਦਾ ਅੰਤਰਜਾਮੀ ਵੀ ਹੈ ਜੋ ਭਗਤ ਤ੍ਰਿਲੋਚਨ ਜੀ ਦਾ ਨੌਕਰ ਬਣ ਗਿਆ ਸੀ ਆ ਕੇ ਅੰਤਰਜਾਮੀ ਨਾਮ ਰਖਵਾ ਕੇ ਐਸਾ ਉਹ ਪਰਮਾਤਮਾ ਹੈ ਮਧਸੂਦਨ ਦਾ ਮੋਦਰ ਸਵਾਮੀ। ਮਧਸੂਦਨ ਮਧੂ ਨਾਮ ਦਾ ਇੱਕ ਦੈਂਤ ਹੋਇਆ ਦੁਆਪਰ ਯੁੱਗ ਦੇ ਵਿੱਚ ਨਾ ਕੰਸ ਨੇ ਭੇਜਿਆ ਸੀ ਵੀ ਜਾਓ ਜਾ ਕੇ ਕ੍ਰਿਸ਼ਨ ਜੀ ਨੂੰ ਮਾਰ ਦਿਓ ਅਤੇ ਉਹ ਬੜੀ ਤਾਕਤ ਵਾਲਾ ਦੈਂਤ ਸੀਗਾ ਮਾਰਨ ਵਾਸਤੇ ਆਇਆ ਅਤੇ ਜਦੋਂ ਉਸਨੇ ਆਪਣਾ ਹਮਲਾ ਕੀਤਾ ਤਾਂ ਭਗਵਾਨ ਕ੍ਰਿਸ਼ਨ ਜੀਆਂ ਨੇ ਉਹਨੂੰ ਹੀ ਮਾਰ ਦਿੱਤਾ। ਮਾਧਵ ਨਾਮ ਦੇ ਦੈਂਤ ਨੂੰ ਮਾਰਨ ਕਰਕੇ ਉਹਨਾਂ ਦਾ ਨਾਮ ਪੈ ਗਿਆ ਮਧਸੂਦਨ। ਆਪਾਂ ਪਹਿਲਾਂ ਬਚਨ ਇਹ ਸਰਵਣ ਕੀਤਾ ਸੀ ਨਾ ਵੀ ਕੁਝ ਨਾਮ ਪੈ ਜਾਂਦੇ ਨੇ ਬੰਦੇ ਦੇ ਕੰਮ ਕਰਨ ਕਰਕੇ ਅਤੇ ਕੰਮ ਇਹ ਕੀਤਾ ਵੀ ਦੈਂਤ ਨੂੰ ਮਾਰਿਆ ਨਾਮ ਹੈ ਉਹਦਾ ਮਧ ਮਧੂ ਦੈਂਤ ਨੂੰ ਮਾਰਿਆ ਅਤੇ ਨਾਮ ਲੋਕਾਂ ਨੇ ਰੱਖ ਦਿੱਤਾ ਇਹ ਮਧਸੂਦਨ ਹੈ। ਸੂਦਨ ਕਹਿੰਦੇ ਨਾਸ ਕਰਨ ਵਾਲੇ ਨੂੰ ਮਾਰਨ ਵਾਲੇ ਨੂੰ ਵੀ ਇਹਨਾਂ ਨੇ ਮਧੂ ਨਾਮ ਦੇ ਦੈਂਤ ਨੂੰ ਮਾਰਿਆ ਹੈ ਇਸ ਕਰਕੇ ਨਾਮ ਪੈ ਗਿਆ ਉਹਨਾਂ ਦਾ ਮਧਸੂਦਨ। ਇਸ ਤਰ੍ਹਾਂ ਉਹ ਪਰਮਾਤਮਾ ਦੇ ਨਾਮ ਹਨ ਮਧਸੂਦਨ ਦਾਮੋਦਰ ਸਵਾਮੀ। ਦਾਮੋਦਰ ਤੋਂ ਭਾਵ ਗੁਰਮੁਖੋ ਦਾਮ ਨਾਮ ਰੱਸੀ ਦਾ ਹੈ ਅਤੇ ਉਦਰ ਨਾਮ ਪੇਟ ਦਾ ਹੈ। ਉਹ ਪਰਮਾਤਮਾ ਐਸਾ ਹੈ ਜਿਸ ਨੇ ਆਪਣੇ ਉਦਰ ਦੇ ਵਿੱਚ ਦਾਮ ਕਹੀਏ ਮਾਇਆ ਨੂੰ ਰੱਖਿਆ ਹੋਇਆ। ਇਹ ਜਿਹੜੀ ਮਾਇਆ ਹੈ ਨਾ ਇਸ ਮਾਇਆ ਨੂੰ ਆਪਣੇ ਉਦਰ ਵਿੱਚ ਉਸਨੇ ਸੰਭਾਲ ਕੇ ਰੱਖਿਆ ਹੋਇਆ ਤਾਂ ਉਸ ਨੂੰ ਦਮੋਦਰ ਕਿਹਾ ਜਾਂਦਾ ਹੈ। ਫਿਰ ਫਰਮਾਉਂਦੇ ਹਨ ਮਧਸੂਦਨ ਦਾਮੋਦਰ ਸਵਾਮੀ। ਦਮੋਦਰ ਦਾ ਦੂਜਾ ਅਰਥ ਵਿਦਵਾਨਾਂ ਨੇ ਇਹ ਕੀਤਾ ਵੀ ਜਦੋਂ ਭਗਵਾਨ ਕ੍ਰਿਸ਼ਨ ਜੀ ਹੋਏ ਸਨ ਅਵਤਾਰ ਲੈ ਕੇ ਦੁਆਪਰ ਯੁੱਗ ਦੇ ਵਿੱਚ
ਉਹ ਘਰ ਦੇ ਵਿੱਚ ਉਹ ਤਾਂ ਮੱਖਣ ਖਾ ਹੀ ਜਾਂਦੇ ਸਨ, ਆਂਢੀਆਂ ਗੁਆਂਢੀਆਂ ਦਾ ਵੀ ਮੱਖਣ ਖਾ ਜਾਇਆ ਕਰਦੇ। ਮੱਖਣ ਚੋਰ ਉਹਨਾਂ ਨੂੰ ਤਾਂ ਕਿਹਾ ਜਾਂਦਾ ਵੀ ਦੂਜਿਆਂ ਦਾ ਮੱਖਣ ਚੁਰਾ ਕੇ ਵੀ ਖਾ ਜਾਣਾ, ਬੜਾ ਸ਼ੌਕੀਨ ਸੀ ਮੱਖਣ ਖਾਣ ਦੇ। ਅਤੇ ਲੋਕਾਂ ਦੇ ਘਰਾਂ ਵਿੱਚ ਉਲਾਂਭੇ ਆਉਣ ਲੱਗ ਪੈਣੇ ਵੀ ਤੁਹਾਡਾ ਇਹ ਬੱਚਾ ਆ ਕੇ ਸਾਡਾ ਮੱਖਣ ਖਾ ਜਾਂਦਾ ਹੈ ਅਤੇ ਕੰਮ ਵਿਗਾੜਦਾ ਹੈ। ਅਤੇ ਉਸ ਵੇਲੇ ਫਿਰ ਇਹਨਾਂ ਉਲਾਂਭਿਆਂ ਤੋਂ ਬਚਣ ਵਾਸਤੇ ਜੋ ਭਗਵਾਨ ਕ੍ਰਿਸ਼ਨ ਜੀਆਂ ਦੀ ਮਾਤਾ ਜੀ ਸਨ, ਉਹਨਾਂ ਨੇ ਕੀ ਕੀਤਾ ਸੀਗਾ ਵੀ ਉਸ ਵੇਲੇ ਫਿਰ ਉਹਨਾਂ ਨੇ ਰੱਸੀ ਲੈ ਕੇ ਅਤੇ ਇਹਨਾਂ ਦੇ ਲੱਕ ਦੇ ਨਾਲ ਬੰਨ੍ਹ ਕੇ, ਅਤੇ ਘਰ ਦੇ ਵਿੱਚ ਦੋ ਰੁੱਖ ਸਨ ਅਤੇ ਉਹਨਾਂ ਰੁੱਖਾਂ ਦੇ ਨਾਲ ਉਸ ਰੱਸੀ ਨੂੰ ਬੰਨ੍ਹ ਦਿੱਤਾ ਸੀਗਾ ਵੀ ਤੁਸੀਂ ਕਿਤੇ ਜਾਣਾ ਨਹੀਂ ਹੈ। ਉਸ ਵੇਲੇ ਸੁਭਾਵਕ ਹੀ ਰੱਸੀ ਨੂੰ ਆਪਣੇ ਹੱਥ ਵਿੱਚ ਫੜ ਕੇ ਜਦੋਂ ਖਿੱਚਿਆ ਤਾਂ ਦੋਨੇ ਰੁੱਖ ਪੱਟੇ ਗਏ। ਉਸ ਵੇਲੇ ਕਿਸੇ ਨੇ ਪੁੱਛਿਆ ਵੀ ਰੁੱਖ ਕਿਉਂ ਪੱਟੇ, ਕਹਿਣ ਲੱਗੇ ਭਾਈ ਇਹ ਵੀ ਪਿਛਲੇ ਜਨਮਾਂ ਦਾ ਹਿਸਾਬ ਹੈ, ਇਹਨਾਂ ਨੂੰ ਸ਼ਰਾਪ ਮਿਲਿਆ ਸੀ ਵੀ ਤੁਸੀਂ ਰੁੱਖ ਬਣੋਗੇ, ਪਿਛਲੇ ਜਨਮ ਦੇ ਸ਼ਰਾਫੇ ਹੋਏ ਸਨ, ਇਹ ਰੁੱਖ ਬਣ ਕੇ ਖੜ੍ਹੇ ਸਨ, ਅਸੀਂ ਤਾਂ ਇਹਨਾਂ ਦਾ ਉਧਾਰ ਕੀਤਾ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਰੱਸੀ ਦੇ ਨਾਲ ਆਪਣੇ ਪੇਟ ਨੂੰ ਬਣਾ ਲਿਆ, ਜੋ ਮਾਤਾ ਜੀ ਸਨ ਜਿਨ੍ਹਾਂ ਦਾ ਨਾਮ ਸੀ ਯਸ਼ੋਦਾ, ਯਸ਼ੋਦਾ ਦੇ ਕਹਿਣ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਰੱਸੀ ਦੇ ਨਾਲ ਬਣਾ ਲਿਆ, ਉਹਨਾਂ ਨੂੰ ਕਿਹਾ ਜਾਂਦਾ ਹੈ ਦਾਮੋਦਰ। ਦਾਮ ਨਾਮ ਰੱਸੀ ਦਾ, ਉਧਰ ਨਾਮ ਪੇਟ ਦਾ। ਜਿਹੜੇ ਰੱਸੀ ਦੇ ਨਾਲ ਪੇਟ ਬਣਾ ਕੇ ਖਲੋਤੇ ਰਹੇ ਰੁੱਖਾਂ ਦੇ ਨਾਲ, ਮਾਂ ਬਾਪ ਬੰਨ੍ਹ ਦਿੰਦੇ ਨਾ ਗੁੱਸੇ ਵਿੱਚ ਆ ਕੇ, ਬੱਚਾ ਬਹੁਤੀਆਂ ਸ਼ਰਾਰਤਾਂ ਕਰੇ, ਇਹਨੂੰ ਬੰਨ੍ਹ ਦਿਓ ਤੰਗ ਕਰਦਾ ਹੈ। ਇਸ ਤਰ੍ਹਾਂ ਬੱਧਾ ਸੀ ਮਾਤਾ ਯਸ਼ੋਦਾ ਦੀਆਂ, ਅਤੇ ਭਗਵਾਨ ਦੀਆਂ ਨੇ ਉਸ ਵੇਲੇ ਰੁੱਖ ਪੱਟੇ ਸਨ ਅਤੇ ਕਿਰਪਾ ਕੀਤੀ ਸੀ, ਉਹਨਾਂ ਦਾ ਉਧਾਰ ਕੀਤਾ ਸੀ, ਤਾਂ ਕਹਿੰਦੇ ਵੀ ਉਹਨਾਂ ਨੂੰ ਦਮੋਦਰ ਕਿਹਾ ਜਾਂਦਾ ਹੈ। ਦਮੋਦਰ ਸਵਾਮੀ, ਅਤੇ ਸਵਾਮੀ ਫਿਰ ਉਹ ਸਾਰਿਆਂ ਦੇ ਮਾਲਕ ਨੇ, ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਦੇ ਉਦਾਤੇ ਨੇ ਸਵਾਮੀ ਮਾਲਕ ਹਨ, ਇਸ ਕਰਕੇ ਉਹ ਸਵਾਮੀ ਨੇ ਭਾਈ, ਸਾਰੀ ਜਗਤ ਦੇ ਮਾਲਕ ਹਨ। ਰਿਸ਼ ਗੋਵਰਧਨ ਧਾਰੀ, ਉਹਨਾਂ ਨੂੰ ਕਿਹਾ ਜਾਂਦਾ ਹੈ ਰਿਸ਼ੀਕੇਸ਼, ਰਿਸ਼ੀਆਂ ਦਾ ਈਸ਼ਵਰ। ਜਿਹੜੇ ਵੱਡੇ ਵੱਡੇ ਰਿਸ਼ੀ ਹੋਏ ਨਾ, ਸ੍ਰਿੰਗੀ ਰਿਸ਼ੀ ਵਰਗੇ ਹੋਏ, ਬਲਭੱਦਰ ਰਿਸ਼ੀ ਵਰਗੇ ਹੋਏ, ਜਿਹੜੇ ਰਿਸ਼ੀ ਜੰਗਲਾਂ ਵਿੱਚ ਰਹਿੰਦੇ। ਸ੍ਰਿੰਗੀ ਰਿਸ਼ੀ ਦਾ ਮੰਨਿਆ ਹੈ ਵੀ ਸ੍ਰਿੰਗੀ ਰਿਸ਼ੀ ਦਾ ਜਨਮ ਹੀ ਜੰਗਲ ਵਿੱਚ ਹੋਇਆ ਅਤੇ ਜੰਗਲ ਵਿੱਚ ਹੀ ਪਲਿਆ। ਇੱਥੋਂ ਤੱਕ ਇਹਨੂੰ ਲੋਕਾਂ ਦੀ ਜਾਂ ਸੰਸਾਰ ਦੀ ਖਬਰ ਨਹੀਂ ਸੀ ਵੀ ਇਹਨੂੰ ਸਰੀਰਾਂ ਦੇ ਫਰਕ ਦਾ ਨਹੀਂ ਸੀ ਪਤਾ ਵੀ ਸਰੀਰਾਂ ਦਾ ਕੀ ਫਰਕ ਹੁੰਦਾ। ਇੰਨਾ ਅਗਿਆਤ ਸੀ ਸੰਸਾਰ ਵੱਲੋਂ, ਦੁਨੀਆ ਵੱਲੋਂ, ਵੀ ਜੰਗਲ ਵਿੱਚ ਹੀ ਰਹਿ ਕੇ ਪਲਿਆ, ਇਹਨੂੰ ਪਤਾ ਹੀ ਨਹੀਂ ਵੀ ਨਰ ਤਨ ਕੀ ਹੁੰਦਾ ਹੈ ਅਤੇ ਇਸਤਰੀ ਤਨ ਕੀ ਹੁੰਦਾ, ਵੀ ਇਹ ਵੀ ਨਹੀਂ ਸੀ ਫਰਕ ਦਾ ਪਤਾ ਵੀ ਔਰਤ ਕਿਹਨੂੰ ਕਹਿੰਦੇ ਅਤੇ ਮਰਦ ਕਿਹਨੂੰ ਕਹਿੰਦੇ। ਇਸ ਤਰ੍ਹਾਂ ਦਾ ਰਿਸ਼ੀ ਹੋਇਆ, ਜੰਗਲ ਵਿੱਚ ਹੀ ਰਹਿ ਕੇ ਪਲਿਆ, ਵੱਡਾ ਹੋਇਆ। ਪਾਤਸ਼ਾਹ ਕਹਿਣ ਲੱਗੇ ਐਸੇ ਜਿਹੜੇ ਰਿਸ਼ੀ ਨੇ ਇਹ ਉਹਨਾਂ ਦਾ ਵੀ ਈਸ਼ਵਰ ਹੈ, ਐਸੇ ਰਿਸ਼ੀ ਸ੍ਰਿੰਗੀ ਵਰਗੇ ਜਿਹੜੇ ਹਰ ਵੇਲੇ ਉਹਦਾ ਨਾਮ ਜਪਦੇ, ਉਹਦੀ ਬੰਦਗੀ ਕਰਦੇ, ਜੰਗਲਾਂ ਵਿੱਚ ਰਹਿ ਕੇ ਚੌਂਕੜਾ ਮਾਰ ਮਾਰ ਕੇ, ਇਹ ਉਹਨਾਂ ਰਿਸ਼ੀਆਂ ਦਾ ਵੀ ਮਾਲਕ, ਤਾਂ ਉਸ ਨੂੰ ਕਿਹਾ ਜਾਂਦਾ ਰਿਸ਼ੀਕੇਸ਼, ਰਿਸ਼ੀਆਂ ਦਾ ਈਸ਼ਵਰ, ਰਿਸ਼ੀਆਂ ਦਾ ਮਾਲਕ। ਫਿਰ ਫਰਮਾਉਂਦੇ ਹਨ ਰਿਸ਼ੀਕੇਸ਼ ਗੋਵਰਧਨ ਧਾਰੀ, ਦੂਜਾ ਅਰਥ ਵਿਦਵਾਨ ਕਰਦੇ ਨੇ ਰਖੀਕ ਕੇਸ, ਰਖੀਕ ਕਹਿੰਦੇ ਗੁਰਮੁਖੋ ਸਾਡੇ ਸਰੀਰ ਦੀਆਂ ਇੰਦਰੀਆਂ, ਜਿਵੇਂ ਸਾਡੇ ਹੱਥ ਨੇ, ਨੱਕ ਹੈ, ਪੈਰ ਹੈ, ਮੂੰਹ ਹੈ, ਅੱਖਾਂ, ਜੋ ਵੀ ਸਾਡੇ ਸਰੀਰ ਦੇ ਅੰਗ ਨੇ, ਇਹਨਾਂ ਅੰਗਾਂ ਦੀ ਉਹ ਰੱਖਿਆ ਕਰਨ ਵਾਲਾ ਹੈ, ਰੱਖਿਆ ਕਰਦਾ ਸਾਡੇ ਅੰਗਾਂ ਦੀ, ਹਰ ਵੇਲੇ ਸਾਨੂੰ ਬਚਾ ਕੇ ਰੱਖਦਾ। ਪਾਤਸ਼ਾਹ ਕਹਿੰਦੇ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਨਹੀਂ ਲੱਗਣ ਦਿੰਦਾ ਦੁੱਖ, ਬਚਾ ਕੇ ਰੱਖਦਾ। ਅੱਖਾਂ ਵਿੱਚ ਕੋਈ ਕਣ ਪੈ ਜਾਵੇ ਤਾਂ ਪਲਕਾਂ ਪਹਿਲਾਂ ਹੀ ਬੰਦ ਹੋ ਜਾਂਦੀਆਂ ਨੇ, ਉਸੇ ਵੇਲੇ ਅਜੇ ਦੂਰ ਹੀ ਹੈ, ਕੁਝ ਮਾਰਨ ਵਾਲਾ, ਕੋਈ ਚਲਾਉਣ ਵਾਲਾ, ਕੋਈ ਆਉਣ ਵਾਲਾ,
ਅੱਖਾਂ ਪਹਿਲਾਂ ਹੀ ਪਲਕਾਂ ਬੰਦ ਹੋ ਕੇ ਬਚਾ ਲੈਂਦੀਆਂ। ਇਸ ਤਰ੍ਹਾਂ ਉਹ ਸਾਡੇ ਸਰੀਰ ਦੇ ਇੰਦਰੀਆਂ ਨੂੰ, ਅੰਗਾਂ ਨੂੰ ਬਚਾਉਂਦਾ ਹੈ ਹਰ ਵੇਲੇ ਕਿਸੇ ਨਾ ਕਿਸੇ ਮੁਸੀਬਤ ਤੋਂ। ਤਾਂ ਉਸ ਨੂੰ ਕਿਹਾ ਜਾਂਦਾ ਹੈ ਰਿਖੀਕ, ਇਸ ਰਿਖੀਆਂ ਦਾ ਮਾਲਕ। ਰਿਖੀਆਂ ਨੇ ਸਾਡੇ ਸਰੀਰ ਦੀਆਂ ਇੰਦਰੀਆਂ, ਹੱਥ ਪੈਰ ਮੂੰਹ ਨੱਕ, ਇਹਨਾਂ ਦੀ ਵੀ ਉਹ ਰੱਖਿਆ ਕਰਦਾ ਹਰ ਵੇਲੇ। ਤਾਂ ਉਸ ਨੂੰ ਇਸ ਤਰ੍ਹਾਂ ਪਰਮਾਤਮਾ ਨੂੰ ਰਿਖੀ ਕੇਸ ਆਖਦੇ ਹਨ। ਰਿਖੀ ਕੇਸ ਗੋਵਰਧਨ ਧਾਰੀ, ਗੁਰਮੁਖੋ ਗੋਵਰਧਨ ਨਾਮ ਦਾ ਇੱਕ ਪਰਬਤ ਹੈ, ਇੱਕ ਪਹਾੜ ਹੈ। ਜਦੋਂ ਆਪਾਂ ਜਾਂਦੇ ਹਾਂ ਨਾ ਭਗਵਾਨ ਕ੍ਰਿਸ਼ਨ ਜੀਆਂ ਦੀ ਜਨਮ ਭੂਮੀ ਦੇ ਵੱਲ, ਜਿੱਥੇ ਉਹਨਾਂ ਦਾ ਅਵਤਾਰ ਹੋਇਆ, ਉੱਥੇ ਇੱਕ ਪਰਬਤ ਸੀਗਾ, ਉਹਦਾ ਨਾਮ ਸੀ ਗੋਵਰਧਨ ਪਰਬਤ। ਇਤਿਹਾਸ ਵਿੱਚ ਜ਼ਿਕਰ ਇਹ ਹੁੰਦਾ ਵੀ ਇੱਕ ਵਾਰੀ ਜੋ ਇੰਦਰ ਰਾਜਾ ਹੈ ਨਾ, ਕਿਸੇ ਗੱਲੋਂ ਨਾਰਾਜ਼ ਹੋ ਕੇ ਉਹਨੇ ਬਹੁਤ ਜ਼ਿਆਦਾ ਮੀਂਹ ਪਾਇਆ ਵੀ ਮੈਂ ਭਗਵਾਨ ਕ੍ਰਿਸ਼ਨ ਜੀਆਂ ਦਾ ਪਿੰਡ ਹੀ ਡੋਬ ਦੇਣਾ ਹੈ, ਸਾਰਿਆਂ ਨੂੰ ਪਾਣੀ ਵਿੱਚ ਡੋਬ ਦਿਆਂਗਾ। ਅਤੇ ਸਾਰੇ ਘਰ ਜਿਹੜੇ ਸਨ ਉਸ ਵੇਲੇ ਮੀਂਹ ਦੇ ਪਾਣੀ ਨਾਲ ਭਰ ਗਏ ਸਨ, ਛੱਤਾਂ ਚੋਣ ਲੱਗ ਪਈਆਂ, ਲੋਕਾਂ ਨੇ ਤਰਾਹੇ ਤਰਾਹੇ ਕੀਤਾ। ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਸਾਰਿਆਂ ਨੂੰ ਨਾਲ ਲੈ ਕੇ ਕਹਿੰਦੇ, ਚਲੋ ਭਾਈ ਤੁਹਾਡੀ ਫਿਰ ਰੱਖਿਆ ਕਰੀਏ। ਇਹ ਜਿਹੜਾ ਗੋਵਰਧਨ ਪਰਬਤ ਸੀਗਾ ਉਹ ਭਗਵਾਨ ਜੀਆਂ ਨੇ ਆਪਣੀ ਚੀਚੀ ਦੇ ਉੱਪਰ ਚੁੱਕ ਲਿਆ ਸੀ। ਚੀਚੀ ਦੀ ਜਿਹੜੀ ਉਂਗਲ ਹੈ ਨਾ ਸਾਡੇ ਹੱਥਾਂ ਦੀ ਸਭ ਤੋਂ ਛੋਟੀ, ਇਸ ਉਂਗਲ ਦੇ ਉੱਪਰ ਉਸ ਪਰਬਤ ਨੂੰ ਚੁੱਕ ਲਿਆ ਸੀਗਾ। ਬੜਾ ਵੱਡਾ ਪਰਬਤ ਸੀਗਾ, ਉਹਨੂੰ ਚੁੱਕ ਕੇ ਸਾਰਿਆਂ ਨੂੰ ਆਖਿਆ ਵੀ ਇਹਦੇ ਥੱਲੇ ਆ ਜਾਓ, ਮੀਂਹ ਤੋਂ ਬਚੋ ਸਾਰੇ ਜਾਣੇ ਆ ਕੇ। ਅਤੇ ਉਹ ਗੋਵਰਧਨ ਪਰਬਤ ਚੁੱਕਣ ਦੇ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਗੋਵਰਧਨ ਧਾਰੀ, ਵੀ ਜਿਨ੍ਹਾਂ ਨੇ ਏਡਾ ਵੱਡਾ ਪਰਬਤ ਚੁੱਕਿਆ ਆਪਣੇ ਨਗਰ ਨਿਵਾਸੀਆਂ ਦੀ ਰੱਖਿਆ ਕਰਨ ਵਾਸਤੇ। ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਹੈ ਵੀ ਉਹਨਾਂ ਨੇ ਪਰਬਤ ਦੇ ਉੱਪਰ ਲੋਕਾਂ ਨੂੰ ਬਿਠਾ ਦਿੱਤਾ। ਜਦੋਂ ਪਾਣੀ ਆ ਗਿਆ ਨਾ, ਪਿੰਡ ਗਲੀਆਂ ਭਰ ਗਈਆਂ ਮੀਂਹ ਦੇ ਪਾਣੀ ਦੇ ਨਾਲ, ਤਾਂ ਉਹਨਾਂ ਨੇ ਉੱਚੇ ਪਰਬਤ ਦੇ ਉੱਪਰ ਲੋਕਾਂ ਨੂੰ ਬਿਠਾ ਕੇ ਆਖਿਆ ਵੀ ਇੱਥੇ ਬੈਠ ਕੇ ਬਚੋ। ਇਸ ਤਰ੍ਹਾਂ ਦੋ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇਤਿਹਾਸ ਵਿੱਚ ਇਤਿਹਾਸਕਾਰਾਂ ਨੇ ਲਿਖੀਆਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਗੋਵਰਧਨ ਧਾਰੀ ਤਾਂ ਹੀ ਕਿਹਾ ਜਾਂਦਾ ਵੀ ਗੋਵਰਧਨ ਨਾਮੇ ਪਰਬਤ ਨੂੰ ਚੁੱਕਿਆ ਉਹਨਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਮੀਂਹ ਤੋਂ ਬਚਾਉਣ ਵਾਸਤੇ, ਇੰਦਰ ਦੇ ਕਹਿਰ ਤੋਂ ਬਚਾਉਣ ਵਾਸਤੇ, ਐਸਾ ਉਹ ਪਰਮਾਤਮਾ ਹੈ। ਤਾਂ ਉਸ ਨੂੰ ਇਸ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ। ਮਨੋਹਰ ਹਰ ਰੰਗਾ, ਅਤੇ ਮੁਰਲੀ ਤੋਂ ਭਾਵ ਹੈ ਵੀ ਬਾਂਸਰੀ ਵਜਾਉਣ ਵਾਲਾ, ਬਾਂਸਰੀ ਨੂੰ ਮੁਰਲੀ ਕਹਿੰਦੇ ਨੇ। ਅਤੇ ਭਗਵਾਨ ਕ੍ਰਿਸ਼ਨ ਜੀ ਬਾਂਸਰੀ ਵਜਾਇਆ ਕਰਦੇ ਸਨ, ਅਤੇ ਇਸ ਕਰਕੇ ਉਹਨਾਂ ਨੂੰ ਮੁਰਲੀ ਮਨੋਹਰ ਆਖਿਆ ਜਾਂਦਾ ਵੀ ਇਹੋ ਜਿਹੀ ਮੁਰਲੀ ਵਜਾਉਂਦੇ ਸਨ ਵੀ ਸਾਰਿਆਂ ਦੇ ਮਨ ਮੋਹ ਲੈਂਦੇ ਸਨ। ਜਿਹੜਾ ਕੋਈ ਮੁਰਲੀ ਸੁਣਦਾ ਸੀ ਉਹਦਾ ਮਨ ਮੋਹਿਤ ਹੋ ਜਾਂਦਾ ਸੀ। ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਲਿਖਿਆ, ਜਦੋਂ ਕ੍ਰਿਸ਼ਨਾ ਅਵਤਾਰ ਲਿਖਿਆ ਨਾ ਦਸਮ ਗ੍ਰੰਥ ਵਿੱਚ, ਅਤੇ ਉਹਨਾਂ ਨੇ ਉਹਨਾਂ ਦੀ ਮੁਰਲੀ ਦਾ ਬੜਾ ਜਿਹੜਾ ਹੈ ਉਹ ਜਸ ਕੀਤਾ ਵੀ ਕਿਸ ਤਰ੍ਹਾਂ ਦੀ ਉਹਨਾਂ ਦੀ ਮੁਰਲੀ ਅਤੇ ਉਹ ਕੀ ਕਰਦੇ ਸਨ। ਅਤੇ ਪਹਿਲਾ ਬਚਨ ਲਿਖਿਆ ਰੂਖਣ ਅਤੇ ਰਸ ਚੋਵਣ ਲਾਗ, ਜਦੋਂ ਭਗਵਾਨ ਕ੍ਰਿਸ਼ਨ ਜੀ ਬਾਂਸਰੀ ਵਜਾਉਂਦੇ ਸਨ ਅਤੇ ਰੁੱਖਾਂ ਦੇ ਵਿੱਚੋਂ ਰਸ ਚੋਣ ਲੱਗ ਪੈਂਦਾ ਸੀਗਾ, ਇੰਨੀ ਉਹਨਾਂ ਦੀ ਬਾਂਸਰੀ ਵਿੱਚ ਕਹੀਏ ਤਾਕਤ ਹੈ ਸੀ, ਮਿਠਾਸ ਹੈ ਕਿ ਰੁੱਖਾਂ ਦੇ ਵਿੱਚੋਂ ਪਾਣੀ ਨਹੀਂ ਰਸ ਚੋਂਦਾ ਪਿਆ ਹੈ। ਰੂਖਣ ਅਤੇ ਰਸ ਚੂਵਣ ਲਾਗ, ਝਰੇ ਝਰਨਾ ਗਿਰ ਅਤੇ ਸੁਖਦਾਈ, ਜਿਹੜੇ ਝਰਨੇ ਸਨ ਉਹਨਾਂ ਦੀ ਆਵਾਜ਼ ਐਂ ਸ਼ਾਂਤ ਹੋ ਜਾਂਦੀ, ਬਿਲਕੁਲ ਨਹੀਂ ਸਨ ਸ਼ੋਰ ਕਰਦੇ ਬਾਂਸਰੀ ਦੀ ਆਵਾਜ਼ ਸੁਣ ਕੇ। ਅਤੇ ਜਿਹੜਾ ਵੀ ਉਹ ਜਲ ਛਕ ਲੈਂਦਾ ਸੀ ਉਹਦੇ ਰੋਹ ਕੱਟੇ ਜਾਂਦੇ, ਐਸਾ ਉਹਨਾਂ ਦੀ ਬਾਂਸਰੀ ਦੇ ਵਿੱਚ ਕਹੀਏ ਆਨੰਦ ਹੈ, ਐਸਾ ਪ੍ਰੇਮ ਹੈ। ਅੱਗੇ ਬਚਨ ਕਰਦੇ ਘਾਸ ਚੁਗੈ ਨਾ ਮ੍ਰਿਗ ਬਣ ਕੇ, ਜਦੋਂ ਬਾਂਸਰੀ ਵੱਜਦੀ ਨਾ ਅਤੇ ਜਿਹੜੇ ਹਿਰਨ ਸਨ ਉਹ ਘਾਹ ਚੁਗਣਾ ਬੰਦ, ਘਾਹ ਖਾਣਾ ਬੰਦ ਕਰ ਦਿੰਦੇ ਸਨ, ਉਹ ਧਿਆਨ ਲਾ ਲੈਂਦੇ ਸਨ ਵੀ ਪਹਿਲਾਂ ਬਾਂਸਰੀ ਸੁਣੀਏ, ਘਾਹ ਤਾਂ ਫਿਰ ਵੀ ਖਾ ਹੀ ਲਵਾਂਗੇ। ਜੰਗਲ ਦੇ ਜਿੰਨੇ ਜਾਨਵਰ ਸਨ ਉਹ ਘਾਹ ਖਾਣਾ ਬੰਦ ਕਰ ਦਿੰਦੇ ਸਨ ਅਤੇ ਐਂ ਧਿਆਨ ਟਿਕਾ ਕੇ ਬਾਂਸਰੀ ਸੁਣਦੇ ਸਨ। ਇੰਨੀ ਮਨੋਹਰ, ਮਨ ਨੂੰ ਮੋਹਣ ਵਾਲੀ ਬਾਂਸਰੀ,
ਭਗਵਾਨ ਕ੍ਰਿਸ਼ਨ ਜੀ ਜਦੋਂ ਗਾਵਾਂ ਚਾਰਨ ਵਾਸਤੇ ਗਵਾਲਿਆਂ ਦੇ ਪੁੱਤਰ ਮੰਨਿਆ ਨਾ, ਗੁਜਰਾਂ ਦਾ ਮੰਨਿਆ ਨਾ ਵੀ ਗੁਜਰਾਂ ਦੇ ਘਰ ਵਿੱਚ ਇਹਨਾਂ ਨੇ ਰਹਿ ਕੇ ਪਾਲਣਾ ਕੀਤਾ ਅਤੇ ਗਾਵਾਂ ਵਗੈਰਾ ਚਾਰਿਆ ਕਰਦੇ ਅਤੇ ਉੱਥੇ ਜੰਗਲ ਵਿੱਚ ਜਾ ਕੇ ਫਿਰ ਬਾਂਸਰੀ ਵਜਾਉਂਦੇ ਅਤੇ ਜਾਨਵਰ ਜਿਹੜੇ ਸਾਨੂੰ ਘਾਹ ਖਾਣਾ ਬੰਦ ਕਰ ਦਿੰਦੇ ਆ, ਮਸਤ ਹੋ ਜਾਂਦੇ ਉਸ ਵੇਲੇ ਸੁਣ ਕੇ। ਖਗ ਰੀਝ ਰਹਿ ਧੁਨ ਜਾ ਸੁਨ ਪਾਈ, ਜਿਹੜੇ ਪੰਛੀ ਸਨ ਉਹ ਚੀ ਚੀ ਚੂੰ ਚੂੰ ਕਰਨੋਂ ਚੁੱਪ ਕਰ ਜਾਂਦੇ ਆ। ਕੋਈ ਚਿੜੀ ਨਹੀਂ, ਕੋਈ ਕਾਂ ਨਹੀਂ, ਕੋਈ ਤੋਤਾ ਮੋਰ ਕਬੂਤਰ ਨਹੀਂ ਬੋਲਦਾ, ਸਾਰੇ ਟਾਹਣੀਆਂ ਦੇ ਉੱਪਰ ਬੈਠੇ ਚੁੱਪ ਹੋ ਜਾਂਦੇ, ਸ਼ਾਂਤ ਹੋ ਜਾਂਦੇ, ਸੁਣਦੇ ਪੈ ਰੀਝ ਲਾ ਕੇ। ਠੰਡ ਰਹੀ ਜਮਨਾ ਮੁਣਕੈ ਧੁਨ, ਜਮਨਾ ਵਰਗੀਆਂ ਨਦੀਆਂ ਵੀ ਖੜ ਜਾਂਦੀਆਂ ਆ ਕੇ ਸੁਣਨ ਵਾਸਤੇ। ਸੋ ਕਹਿਣ ਲੱਗੇ ਰਾਗ ਭਲੇ ਸੁਰਮੋ ਕੋ ਚਾਹੇ ਹੈ। ਦਸਵੇਂ ਪਾਤਸ਼ਾਹ ਨੇ ਲਿਖਿਆ ਵੀ ਇਸ ਤਰ੍ਹਾਂ ਰਾਗ ਆਪਣੀ ਬਾਂਸਰੀ ਦੇ ਨਾਲ ਵਜਾਉਂਦੇ ਸਨ ਕਿ ਜਮਨਾ ਵਰਗੀਆਂ ਨਦੀਆਂ ਵੀ ਖੜ ਜਾਂਦੀਆਂ ਸੁਣਨ ਵਾਸਤੇ, ਮਜਬੂਰ ਹੋ ਜਾਂਦੀਆਂ। ਐਸਾ ਰਸ ਉਹਨਾਂ ਨੇ ਬਖਸ਼ਿਸ਼ ਕੀਤਾ ਹੈ। ਕਾਣ ਤਬੈ ਹਸਕੈ ਮੁਰਲੀ ਸੋ ਬਜਾਏ, ਉੱਠਿਓ ਆਪਣੇ ਕਰਕੇ ਲੈ ਕੇ। ਠੰਡ ਭਈ ਜਮਨਾ ਸੁਣ ਕੇ ਧੁਨ ਪੌਂਡ ਰਹੋ, ਸੁਣ ਕੇ ਉਰ ਜਾ ਕੇ। ਹਵਾ ਵੀ ਕਹਿੰਦੇ ਖੜ ਜਾਂਦੀ ਉਸ ਵੇਲੇ ਸੁਣਨ ਵਾਸਤੇ, ਐਸੀ ਸੋਹਣੀ ਮੁਰਲੀ ਵਜਾ ਕੇ। ਮਾਨਸ ਕੀ ਕਹਿ ਗਿਣਤੀ ਸੁਣ, ਹੋਤ ਸੁਰੀ ਅਸੁਰੀ ਧੁਨ ਉਚਰੀ। ਬਚਨ ਆ ਗਿਆ ਵੀ ਦੇਵਤੇ ਅਤੇ ਦੈਂਤ ਵੀ ਖੜ ਜਾਂਦੇ ਵੀ ਸੁਣੀਏ ਇੰਨੀ ਮਿਠਾਸ ਵਾਲੀ। ਸੋ ਇਹ ਬਚਨ ਲਿਖਿਆ, ਕਹਿਣ ਲੱਗੇ ਵੀ ਉਹਨਾਂ ਨੂੰ ਕਿਹਾ ਜਾਂਦਾ ਮੁਰਲੀ ਮਨੋਹਰ, ਮੁਰਲੀ ਵਜਾਉਣ ਵਾਲੇ, ਬਾਂਸਰੀ ਵਜਾਉਣ ਵਾਲੇ ਹਨ। ਅਤੇ ਇਸੇ ਤਰ੍ਹਾਂ ਤਾਂ ਉਹਨਾਂ ਨੂੰ ਮੁਰਲੀ ਮਨੋਹਰ ਆਖਿਆ ਜਾਂਦਾ ਹੈ। ਮੁਰਲੀ ਮਨੋਹਰ ਹਰ ਰੰਗਾ, ਅਤੇ ਫਿਰ ਉਹ ਮਨ ਨੂੰ ਹਰਨ ਵਾਲੇ, ਮਨ ਹੋਰ ਮਨ ਨੂੰ ਹਰ ਲੈਂਦੇ, ਮਨ ਨੂੰ ਚੁਰਾ ਲੈਂਦੇ। ਸੋ ਪਰਮਾਤਮਾ ਦਾ ਸਰੂਪ ਹੀ ਇਹੋ ਜਿਹਾ ਕਿ ਮਨ ਨੂੰ ਚੁਰਾ ਲੈਂਦਾ ਹੈ, ਹਰੇਕ ਦਾ ਮਨ ਖਿੱਚਿਆ ਜਾਂਦਾ ਉਹਨਾਂ ਦੇ ਵੱਲ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਸ ਵੇਲੇ ਵਿਚਰਦੇ ਪਏ ਸਨ ਅਤੇ ਸੈਦ ਖਾਨ ਆਇਆ ਨਾ ਫੌਜ ਲੈ ਕੇ, ਬੜੀ ਵੱਡੀ ਫੌਜ ਲੈ ਕੇ ਆਇਆ, ਮੈਂ ਗੁਰੂ ਗੋਬਿੰਦ ਸਿੰਘ ਨੂੰ ਕਤਲ ਕਰ ਦੇਣਾ ਹੈ, ਜੇ ਕਤਲ ਨਾ ਕਰ ਸਕਿਆ ਤਾਂ ਮਹਾਰਾਜ ਨੂੰ ਗ੍ਰਿਫਤਾਰ ਕਰ ਲਵਾਂਗਾ, ਬੰਨ ਕੇ ਲੈ ਕੇ ਆਵਾਂਗਾ। ਕਿ ਭਾਵੇਂ ਕਿ ਉਸ ਵੇਲੇ ਦੇ ਬੜੇ ਵੱਡੇ ਪੀਰ ਬੁੱਧੂ ਸ਼ਾਹ ਨੇ ਆਖਿਆ ਸੀ ਵੀ ਨਹੀਂ ਇਹ ਨਹੀਂ ਹੋ ਸਕਦਾ, ਵੀ ਉਹ ਤਾਂ ਖੁਦਾ ਦਾ ਰੂਪ ਨੇ, ਪੀਰ ਬੁੱਧੂ ਸ਼ਾਹ ਨੇ ਆਖਿਆ ਵੀ ਖੁਦਾ ਦਾ ਰੂਪ ਨੇ, ਇਹ ਕੰਮ ਨਾ ਕਰ। ਪਰ ਕਹਿਣ ਲੱਗਾ ਸੈਦ ਖਾਨ ਨਹੀਂ, ਮੇਰੇ ਵਿੱਚ ਤਾਕਤ ਬੜੀ ਹੈ, ਵੇਖੋ ਕਿੰਨੀ ਵੱਡੀ ਫੌਜ ਹੈ, ਮੈਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲੈ ਆਉਣਾ ਹੈ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਇਆ, ਮਨ ਵਿੱਚ ਸੋਚਦਾ ਹੈ ਗੁਰੂ ਕਿਤੇ ਮੇਰੇ ਸਾਹਮਣੇ ਆਵੇ ਅਤੇ ਫਿਰ ਮੈਂ ਜੰਗ ਕਰਕੇ ਆਪਣੀ ਬਹਾਦਰੀ ਵਿਖਾਵਾਂ ਗੁਰੂ ਨੂੰ ਵੀ ਮੈਂ ਕੈਸਾ ਸੂਰਮਾ ਹਾਂ। ਮਹਾਰਾਜ ਬੈਠੇ ਸਨ, ਮਹਾਰਾਜ ਦੀ ਖਾਲਸਾ ਫੌਜ ਜੰਗ ਲੜਦੀ ਪਈ ਹੈ, ਸਿੰਘਾਂ ਨੂੰ ਆਖਿਆ ਛੇਤੀ ਨਾਲ ਸਾਡਾ ਘੋੜਾ ਲਿਆਓ ਤਿਆਰ ਕਰਕੇ, ਭਾਈ ਜੰਗ ਵਿੱਚ ਜਾਣਾ ਹੈ। ਸਿੱਖਾਂ ਨੇ ਆਖਿਆ ਮਹਾਰਾਜ ਤੁਹਾਨੂੰ ਜਾਣ ਦੀ ਕੀ ਲੋੜ ਹੈ, ਅਸੀਂ ਬੈਠੇ ਹਾਂ ਨਾ ਜੰਗ ਕਰਨ ਵਾਸਤੇ, ਬਸ ਆਪ 'ਤੇ ਬਖਸ਼ਿਸ਼ ਕਰੋ, ਅਸੀਂ ਸਭ ਕੁਝ ਕਰ ਦੇਣਾ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਕੁਝ ਕਾਰਜ ਉਹ ਹੁੰਦੇ ਜਿਹੜੇ ਸਾਨੂੰ ਖੁਦ ਕਰਨੇ ਪੈਂਦੇ, ਅਸੀਂ ਜ਼ਰੂਰ ਜਾਣਾ ਹੈ। ਜਦੋਂ ਘੋੜੇ 'ਤੇ ਚੜ੍ਹ ਕੇ ਮਹਾਰਾਜ ਆਏ ਨਾ ਸੈਦ ਖਾਨ ਦੇ ਸਾਹਮਣੇ, ਸੈਦ ਖਾਨ ਨੇ ਤੱਕਿਆ ਮਹਾਰਾਜ ਦਾ ਰੂਪ ਅਤੇ ਵੇਖ ਕੇ ਸੋਨੀ ਹੋ ਗਿਆ ਸਤਿਗੁਰਾਂ ਨੂੰ ਵੇਖ ਕੇ। ਸਤਿਗੁਰੂ ਪਾਤਸ਼ਾਹ ਵੇਖ ਕੇ ਸੈਦ ਖਾਨ ਨੂੰ ਕਹਿਣ ਲੱਗੇ, ਸੈਦ ਖਾਨ ਤੂੰ ਇੱਛਾ ਰੱਖ ਕੇ ਆਇਆ ਸੀ ਵੀ ਗੁਰੂ ਪਾਤਸ਼ਾਹ ਮੇਰੇ ਸਾਹਮਣੇ ਆਉਣ ਅਤੇ ਮੈਂ ਜੰਗ ਕਰਾਂਗਾ, ਲੈ ਅਸੀਂ ਤੇਰੇ ਸਾਹਮਣੇ ਆ ਗਏ ਹਾਂ, ਤੂੰ ਸਾਡੇ ਨਾਲ ਜੰਗ ਕਰ। ਇੰਨਾ ਬਚਨ ਸੁਣਦਿਆਂ ਸਾਰ ਸੈਦ ਖਾਨ ਦੇ ਹੱਥੋਂ ਤਲਵਾਰ ਡਿੱਗ ਪਈ ਥੱਲੇ ਧਰਤੀ 'ਤੇ, ਫੜੀ ਹੋਈ ਢਾਲ ਵੀ ਡਿੱਗ ਪਈ, ਛੇਤੀ ਨਾਲ ਘੋੜੇ ਤੋਂ ਉਤਰਿਆ, ਭੱਜ ਕੇ ਮਹਾਰਾਜ ਦੇ ਚਰਨ ਫੜ ਲਿਆ। ਕਹਿਣ ਲੱਗਾ ਮਹਾਰਾਜ ਤੁਹਾਡਾ ਇਹ ਨੂਰਾਨੀ ਚਿਹਰਾ ਮੇਰੇ ਮਨ ਵਿੱਚ ਵੱਸ ਗਿਆ ਹੈ, ਮੈਂ ਤੁਹਾਡੇ 'ਤੇ ਵਾਰ ਕਰਨਾ ਅਤੇ ਦੂਰ, ਮੈਂ ਤਾਂ ਹੁਣ ਤੁਹਾਡੇ ਚਰਨਾਂ ਦੀ ਧੂੜੀ ਚਾਹੁੰਦਾ। ਸੋ ਨਿਹਾਲ
ਆਪ ਆਪਣੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰਕੇ ਮਹਾਰਾਜ ਸੇਵਕ ਬਣਾਓ। ਮਹਾਰਾਜ ਕਹਿਣ ਲੱਗੇ, ਸੈਦ ਖਾਨ ਵੇਖ ਤੇਰੇ ਨਾਲ ਕਿੱਡੀ ਵੱਡੀ ਫੌਜ ਆਈ ਹੈ। ਔਰੰਗਜ਼ੇਬ ਨੇ ਤੈਨੂੰ ਬੜੀ ਵੱਡੀ ਇਹ ਜਿਹੜੀ ਹੈ ਜ਼ਿੰਮੇਵਾਰੀ ਦੇ ਕੇ ਭੇਜਿਆ ਜੰਗ ਲੜਨ ਵਾਸਤੇ। ਜੇ ਤੂੰ ਇਸ ਤਰ੍ਹਾਂ ਕਰੇਗਾ, ਤੇਰੀ ਫੌਜ ਨੇ ਤੇਰੇ ਨਾਲ ਬਗਾਵਤ ਕਰ ਦੇਣੀ ਹੈ, ਅਤੇ ਬਾਦਸ਼ਾਹ ਦੇ ਵੱਲੋਂ ਜਿਹੜੇ ਤੈਨੂੰ ਇਨਾਮ ਖਨਾਮ ਮਿਲਦੇ ਨੌਕਰੀ ਦੇ ਵਿੱਚ ਤੋਹਫੇ ਮਿਲਦੇ ਸਾਰੇ ਚਲੇ ਜਾਣਗੇ। ਕਹਿਣ ਲੱਗਾ, ਮਹਾਰਾਜ ਪਰਵਾਹ ਹੀ ਨਹੀਂ ਹੈ ਕਿਸੇ ਚੀਜ਼ ਦੀ, ਫੌਜ ਜੋ ਮਰਜ਼ੀ ਕਹੀ ਜਾਵੇ ਮੈਂ ਨਹੀਂ ਮੰਨਾਂਗਾ, ਅਤੇ ਬਾਦਸ਼ਾਹ ਜੋ ਮਰਜ਼ੀ ਮੇਰੇ ਨਾਲ ਕਰੀ ਜਾਵੇ ਮੈਨੂੰ ਉਹ ਵੀ ਕੋਈ ਫਿਕਰ ਨਹੀਂ। ਗੁਰਮੁਖੋ, ਏਡਾ ਵੱਡਾ ਸਿਪੇ ਸਲਾਰ ਵੀ ਲੱਖਾਂ ਦੀ ਫੌਜ ਲੈ ਕੇ ਆਇਆ, ਔਰੰਗਜ਼ੇਬ ਦੀ ਫੌਜ ਵਿੱਚ ਕਿੱਡਾ ਵੱਡਾ ਉਹ ਜਰਨੈਲ ਹੋਵੇਗਾ, ਕਿੱਡਾ ਵੱਡਾ ਉਹ ਜਨਰਲ ਹੋਵੇਗਾ, ਕਿੱਡੀ ਵੱਡੀ ਉਹਦੀ ਪਦਵੀ ਹੋਵੇਗੀ ਉਹਨਾਂ ਸਮਿਆਂ ਵਿੱਚ, ਅਤੇ ਬਾਦਸ਼ਾਹ ਵੱਲੋਂ ਕਿੰਨੀ ਤਨਖਾਹ ਅਤੇ ਕਿੰਨੇ ਤੋਹਫੇ ਮਿਲਦੇ ਹੋਣਗੇ। ਸਭ ਕੁਝ ਕਹਿੰਦਾ, ਮਹਾਰਾਜ ਤੁਹਾਡੇ ਚਰਨਾਂ ਤੋਂ ਨਿਸ਼ਾਵਰ ਕਰ ਦਿੱਤਾ ਹੈ, ਮੈਨੂੰ ਨਹੀਂ ਕੁਝ ਵੀ ਚਾਹੀਦਾ ਹੈ, ਬਸ ਆਪ ਇਹ ਕਿਰਪਾ ਕਰੋ ਵੀ ਆਪਣਾ ਮਿਹਰ ਦਾ ਹੱਥ ਮੇਰੇ ਸਿਰ 'ਤੇ ਰੱਖ ਦਿਓ, ਮਹਾਰਾਜ ਹੋਰ ਕੁਝ ਨਹੀਂ ਚਾਹੀਦਾ। ਸਤਿਗੁਰਾਂ ਨੇ ਇਹਦੇ ਸੀਸ ਦੇ ਉੱਪਰ ਹੱਥ ਫੇਰਿਆ, ਐਸੀ ਬਖਸ਼ਿਸ਼ ਕੀਤੀ ਨਾਮ ਦੀ। ਕਹਿਣ ਲੱਗੇ, ਆਪਣੀ ਫੌਜ ਨੂੰ ਛੱਡ ਕੇ ਮਹਾਰਾਜ ਦੀ ਆਗਿਆ ਲੈ ਕੇ ਵਾਪਸ ਨਹੀਂ ਗਿਆ ਔਰੰਗਜ਼ੇਬ ਦੇ ਕੋਲ, ਜੰਗਲ ਵਿੱਚ ਚਲਾ ਗਿਆ। ਮਹਾਰਾਜ ਹੁਣ ਤਾਂ ਨਾਮ ਹੀ ਜਪਣਾ ਜਿੰਨੀ ਕੁ ਉਮਰਾਂ ਰਹਿ ਗਈ ਹੈ। ਅਤੇ ਫੌਜ ਦੇ ਜਿਹੜੇ ਨਿੱਕੇ ਜਰਨੈਲ ਨੇ ਉਹਨਾਂ ਨੇ ਰੌਲਾ ਪਾ ਦਿੱਤਾ, ਕਹਿਣ ਲੱਗੇ ਗੁਰੂ ਨੇ ਜਾਦੂ ਕਰ ਦਿੱਤਾ ਸਾਡੇ ਵੱਡੇ ਅਫਸਰ ਦੇ ਉੱਪਰ, ਇਹ ਤਾਂ ਗੁਰੂ ਜਾਦੂਗਰ ਹੈ, ਜਾਦੂ ਕਰਕੇ ਸਾਡੇ ਇਹਨੇ ਅਫਸਰ ਨੂੰ ਹੀ ਆਪਣੇ ਮਗਰ ਲਾ ਲਿਆ ਹੈ। ਮਹਾਰਾਜ ਕਹਿਣ ਲੱਗੇ, ਉਹਨਾਂ ਦਾ ਨਾਮ ਹੈ ਮਨੋਹਰ, ਮਨ ਨੂੰ ਚੁਰਾ ਲੈਣਾ। ਸੈਦ ਖਾਨ ਕਿੱਡਾ ਵੱਡਾ ਜਰਨੈਲ ਹੈ, ਗੁਰੂ ਗੋਬਿੰਦ ਸਿੰਘ ਦਾ ਦਦਾਰਾ ਕਰਕੇ ਮਨ ਹੀ ਚੁਰਾਇਆ ਗਿਆ, ਭੌਰਾ ਹੀ ਬਣ ਗਿਆ, ਮਹਾਰਾਜ ਜੰਗ ਨਹੀਂ ਕਰਾਂਗਾ, ਹੁਣ ਤੁਹਾਡਾ ਸੇਵਕ ਬਣ ਗਿਆ ਹਾਂ। ਐਸੇ ਉਹ ਪਰਮਾਤਮਾ ਹਨ, ਮਨੋਹਰ ਹਰ ਰੰਗਾ, ਅਤੇ ਹਰੇਕ ਰੰਗ ਦੇ ਵਿੱਚ ਉਹਨਾਂ ਦਾ ਨਿਵਾਸ ਹੈ, ਹਰੇਕ ਰੰਗ ਦੇ ਵਿੱਚ ਉਹ ਬੈਠੇ ਨੇ, ਹਰੇਕ ਜੀਵਾਂ ਦੇ ਵਿੱਚ ਉਹ ਬੈਠੇ ਹੋਏ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ। ਪਰਮਾਤਮਾ ਨੇ ਜਿਨਸੀ ਕਹੀਏ ਜਿਹੜੀਆਂ ਜਿਨਸਾਂ ਪੈਦਾ ਕੀਤੀਆਂ, ਜੀਵ ਜੰਤਰੇ ਪੈਦਾ ਕੀਤੇ, ਇਹ ਰੰਗਾਂ ਰੰਗਾਂ ਦੇ ਪੈਦਾ ਕੀਤੇ, ਇੱਕ ਮਨੁੱਖ ਵਰਗਾ ਦੂਜਾ ਨਹੀਂ ਹੈ, ਇੱਕ ਪਸ਼ੂ ਵਰਗਾ ਦੂਜਾ ਨਹੀਂ ਹੈ, ਬਨਸਪਤੀ ਇੱਕ ਰੁੱਖ ਵਰਗਾ ਦੂਜਾ ਨਹੀਂ, ਰੰਗਾਂ ਰੰਗਾਂ ਦੀ ਪੈਦਾ ਕੀਤੀ ਨਾ ਸ੍ਰਿਸ਼ਟੀ, ਪਰ ਹਰੇਕ ਰੰਗ ਵਿੱਚ ਉਹ ਆਪ ਵਸਿਆ ਹੋਇਆ, ਆਪ ਬੈਠਾ ਹੋਇਆ, ਕੋਈ ਇਹੋ ਜਿਹੀ ਥਾਂ ਨਹੀਂ ਵੀ ਜਿੱਥੇ ਉਹਦਾ ਨਿਵਾਸ ਨਹੀਂ ਹੈ। ਭਗਤ ਪ੍ਰਹਿਲਾਦ ਨੂੰ ਪੂਰਾ ਯਕੀਨ ਹੈ, ਜਦੋਂ ਉਸ ਵੇਲੇ ਹਰਨਾਕਸ਼ ਨੇ ਤੱਤਾ ਥੰਮ ਕਰਕੇ ਆਖਿਆ ਨਾ, ਜਫੀ ਪਾ ਥੰਮ ਦੇ ਨਾਲ, ਜੇ ਤੂੰ ਕਹਿੰਦਾ ਤਾਂ ਰੱਬ ਹੈ, ਅਤੇ ਉਸਨੇ ਆਖਿਆ ਵੀ ਇਹ ਸੜਦੇ ਹੋਏ ਜਿਹੜਾ ਥਮਲਾ ਹੈ, ਲਾਲ ਹੋਇਆ ਪਿਆ ਅੱਗ ਦੇ ਨਾਲ, ਮੈਨੂੰ ਇਹ ਯਕੀਨ ਹੈ ਵੀ ਇਸ ਲਾਲ ਥਮਲੇ ਦੇ ਵਿੱਚ ਵੀ ਉਹ ਵਸਿਆ ਹੋਇਆ ਹੈ। ਅਤੇ ਜਾ ਕੇ ਉਸ ਥੰਮ ਨੂੰ ਉਹਨਾਂ ਨੇ ਗਲਵੱਕੜੀ ਪਾ ਲਈ, ਜਫੀ ਪਾ ਲਈ, ਜਫੀ ਪਾਉਂਦੇ ਹੀ ਗਏ ਉਹ ਜਿਹੜਾ ਥੰਮ ਤਪਦਾ ਪਿਆ ਸੀ ਲਾਲ ਸੁਰਖ ਹੋਇਆ, ਠੰਡਾ ਠਾਰ ਉਸੇ ਵੇਲੇ ਹੋ ਗਿਆ, ਭਗਤ ਜੀਆਂ ਦੇ ਅੰਗ ਨੂੰ ਸੇਕ ਤੱਕ ਨਹੀਂ ਲੱਗਣ ਦਿੱਤਾ। ਸੋ ਇਸ ਤਰ੍ਹਾਂ ਜਿਨ੍ਹਾਂ ਦੀ ਬਿਰਤੀ ਹੈ ਵੀ ਉਹ ਪਰਮਾਤਮਾ ਹਰੇਕ ਰੰਗ ਦੇ ਵਿੱਚ ਹੈ, ਉਹ ਭਗਤ ਫਿਰ ਪ੍ਰਹਿਲਾਦ ਵਰਗੇ ਨੇ ਜਿਨ੍ਹਾਂ ਨੇ ਵੇਖ ਲਿਆ ਹੈ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਮਹਾਰਾਜ ਦੀ ਬਾਣੀ ਬਚਨ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਭਾਈ ਉਹ ਹਰੇਕ ਘਾਟ ਵਿੱਚ ਵਸਿਆ ਹੈ, ਬਨਸਪਤੀ ਵਿੱਚ, ਜਰੇ ਜਰੇ ਵਿੱਚ ਉਹਦਾ ਨਿਵਾਸ ਹੈ, ਤਾਂ ਉਹਨੂੰ ਕਿਹਾ ਜਾਂਦਾ ਹਰ ਰੰਗਾ, ਹਰੇਕ ਰੰਗ ਵਿੱਚ ਜਿਹੜਾ ਵਸਿਆ, ਹਰੇਕ ਜੂਨ ਵਿੱਚ, ਹਰੇਕ ਜਨਮ ਵਿੱਚ, ਹਰੇਕ ਜਗ੍ਹਾ ਦੇ ਉੱਪਰ ਜਿਹਦਾ ਨਿਵਾਸ ਹੈ, ਉਸਨੂੰ ਕਿਹਾ ਜਾਂਦਾ ਸਾਰਿਆਂ ਥਾਵਾਂ 'ਤੇ ਵਸਣ ਵਾਲਾ। ਇਹ ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਨੇ 21 ਪੌੜੀਆਂ ਦਾ ਸ਼ਬਦ ਬਖਸ਼ਿਸ਼ ਕੀਤਾ ਹੈ, ਇੱਕ ਪੌੜੀ ਪਰਮਾਤਮਾ ਦੇ ਨਾਮਾਂ ਦੀ ਆਪਾਂ ਸਰਵਣ ਕੀਤੀ ਹੈ,
ਬਾਕੀ ਦੀਆਂ 20 ਪੌੜੀਆਂ ਅਗਲੇ ਦੀਵਾਨਾਂ ਵਿੱਚ ਫਿਰ ਆਪਾਂ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਸਿਫਤ ਕਰਦਿਆਂ ਹੋਇਆਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ, ਜੋ ਸੱਜਣ ਅਸੀਂ ਸਲੀਆਂ ਸਾਹਿਬ ਸਿਓ ਮੇਲੋ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਮਧਸੂਦਨ ਦਮੋਦਰ ਸੁਆਮੀ ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।